ਹੋਏ ਅੱਜ ਪਿਓ ਟੁਰ ਗਿਆ ਈ ਅੱਜ ਬਾਪ ਕਾਲਾ ਘੁੰਮਣਾ ਛੱਡ ਗਿਆ ਈ ਅੱਜ ਬਾਪ ਨੇ ਡੇਰੇ ਲਾ ਲੈ ਨੇ ਅੱਜ ਪੁੱਤਰ ਵੀ ਰੋ ਰਹੇ ਨੇ ਅੱਜ ਤੀਆਂ ਵੀ ਰੋਂਦੀਆਂ ਆਉਣੀਆਂ ਨੇ ਆਪਣੀਆਂ ਵੀਰਾਂ ਨੂੰ ਆਉਂਦੀਆਂ ਆਉਣੀਆਂ ਨੇ ਵੀਰੋ ਇੱਕ ਵਾਰੀ ਅੱਪੂ ਨੂੰ ਲੈ ਆਓ ਇੱਕ ਵਾਰੀ ਸਾਡਾ ਬਾਪ ਲੈ ਆਓ ਸਜਣਾ ਬੜੇ ਮਾਣ ਆਉਂਦੇ ਨੇ ਹੋਏ ਤੀਆਂ ਅੱਬੇ ਨਾਲ ਬੜਾ ਪਿਆਰ ਕਰਦੀਆਂ ਨੇ ਹੋਏ ਤੀਆਂ ਬਾਪ ਦੇ ਵਿਹੜੇ ਨਾਲ ਬੜਾ ਪਿਆਰ ਕਰਦੀਆਂ ਨੇ ਹੋਏ ਕਾਲਾ ਘੁੰਮਣਾ ਦੀ ਮਸਜਿਦ ਵਿੱਚ ਬਹਿਣ ਵਾਲਿਆਂ ਇਹਨਾਂ ਤੀਆਂ ਨੂੰ ਪੁੱਛਿਆ ਰਹਿ ਜਿਹੜੀ ਪਿਓ ਦੀ ਮੱਯਤ ਨੂੰ ਜੱਫੇ ਮਾਰ ਮਾਰ ਰੋਂਦੀ ਏ ਆਂਦੀ ਏ ਅੱਬੂ ਜੀ ਸਾਡੇ ਪੇਕੇ ਮੁੱਕ ਗਏ ਜੇ ਅੱਬੂ ਜੀ ਸਾਡੇ ਸਹਾਰੇ ਮੁੱਕ ਗਏ ਜੇ ਸ਼ਰੀਫ ਨੂਰਾਨੀ ਸਾਹਿਬ ਅੱਲਾ ਦੀ ਕਸਮ ਉਠਾ ਗਿਆ ਨਾ ਹੋਏ ਤੀਆਂ ਪਰੇਸ਼ਾਨ ਹੋਣ ਆਪਣੇ ਪਿਓ ਨੂੰ ਫੋਨ ਕਰਦੀਆਂ ਨੇ ਅੱਬੂ ਜੀ ਮੈਨੂੰ ਪਰੇਸ਼ਾਨੀ ਹੈ ਸੱਜਣਾ ਅੱਧੀ ਰਾਤ ਨੂੰ ਪਿਓ ਮੋਟਰਸਾਈਕਲ ਲੈ ਕੇ ਨੱਸ ਪੈਂਦੇ ਨੇ ਅੱਧੀ ਰਾਤ ਨੂੰ ਪਿਓ ਸਾਈਕਲਾਂ 'ਤੇ ਦੌੜਦੇ ਨੇ ਆਉਂਦੇ ਨੇ ਖਬਰਦਾਰ ਮੇਰੀ ਧੀ ਨਾਲ ਗੱਲ ਨਾ ਕਰਿਆ ਰੇ ਹੋਏ ਮੈਂ ਬੜੀਆਂ ਲਾਡਲੀਆਂ ਪਾਲੀਆਂ ਜੇ ਹੋਏ ਮੈਂ ਬੜੀਆਂ ਲਾਡਲੀਆਂ ਰੱਖੀਆਂ ਜੇ ਹੋਏ ਮੇਰੀ ਧੀ ਨੂੰ ਥੱਪੜ ਨਾ ਮਾਰਿਆ ਰੇ ਹੋਏ ਮੈਂ ਆਪਣੀ ਧੀ ਨੂੰ ਵਿਹੜੇ ਲੈ ਜਾਣਾ ਹੋਏ ਮੈਂ ਤੁਹਾਡੇ ਜ਼ਾਲਮਾਂ ਦੇ ਹੱਥ ਨਹੀਂ ਛੱਡ ਕੇ ਜਾਵਾਂ ਹੋਏ ਸੱਜਣਾ ਕਦੀ ਧੀ ਨੂੰ ਥੱਪੜ ਨਾ ਮਾਰਿਆ ਰੇ ਹੋਏ ਕਦੀ ਧੀ ਨੂੰ ਦਾਬਾ ਨਾ ਮਾਰਿਆ ਰੇ ਹੋਏ ਰੋਣ ਵਾਲਿਆ ਪਤਾ ਨਹੀਂ ਕਿਹੜੇ ਵਕਤ ਆਉਣੇ ਨੇ ਹੋਏ ਕਿਸੇ ਨੇ ਕਿਸਰਾ ਜ਼ਲੀਲ ਕਰਨਾ ਹੈ ਪਰ ਮੈਂ ਆਲਲ ਐਲਾਨ ਕਹਿ ਰਿਹਾ ਆਪਣੀ ਬੇਟੀ ਨੂੰ ਸੀਨੇ ਲਾ ਲਈ ਆਪਣੀ ਬੇਟੀ ਦੇ ਸਿਰ ਤੇ ਹੱਥ ਰੱਖ ਲਈ ਆਖੀ ਨੀਤੀ ਏ ਜਿੰਨਾ ਤੱਕ ਤੇਰਾ ਬਾਪ ਜ਼ਿੰਦਾ ਹੈ ਘੁੰਮਣ ਸਾਹਿਬ ਅੱਲਾ ਦੀ ਕਸਮ ਉਠਾ ਕੇ ਸੁਲਤਾਨੀ ਕਹਿ ਰਿਹਾ ਹੈ ਹੋਏ ਇਹਨਾਂ ਨੂੰ ਪੇਕਿਆਂ ਦੇ ਬੜੇ ਮਹਾਨ ਹੁੰਦੇ ਨੇ ਹੋਏ ਇਹਨਾਂ ਨੂੰ ਮਾਂ ਦੇ ਵਿਹੜੇ ਦੇ ਬੜੇ ਮਹਾਨ ਆਉਂਦੇ ਨੇ ਹੋਏ ਇਹਨਾਂ ਨੂੰ ਅੱਬੇ ਦੇ ਵਿਹੜੇ ਦੇ ਬੜੇ ਮਾਣ ਆਉਂਦੇ ਨੇ ਸੱਜਣਾ ਚੁਮਲੇ ਸੁਣਿਆ ਨੇ ਹਲਲ ਐਲਾਨ ਕਹਿ ਰਿਹਾ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਪਾੜੀ ਖੋਲ ਕੇ ਕੁਰਾਨ ਕਹਿੰਦਾ ਬਾਬਾ ਜੀ ਸੋਹਣਾ ਪੇ ਸੁਣਦੇ ਹੋ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ ਪਾੜੀ ਖੋਲ ਕੇ ਗੋਰਾਨ ਕਹਿੰਦਾ ਰੱਬ ਰਹਿਮਾਨ ਫਰਮਾਨ ਵਖਰਾ ਸ਼ਾਨ ਸਭ ਦੀਏ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ ਇੱਕ ਵਾਰੀ ਸੱਜਾ ਹੱਥ ਬੁਲੰਦ ਕਰਨਾ ਹੀ ਆਪਣੇ ਅੱਬੇ ਦੇ ਨਾਂ ਤੇ ਮਿਲ ਕੇ ਕਹਿਣਾ ਹੀ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ ਨੂਰਾਨੀ ਸਾਹਿਬ ਸਾਰਾ ਕਾਲਾ ਘੁੰਮਣਾ ਆਖੇਗਾ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ ਮਾਪਿਆਂ ਦਾ ਸ਼ਾਨ ਵੱਖਰਾ ਸੁਣੋ ਯਾਰ ਸ਼ਾਨ ਸਭ ਦੀਏ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ ਸ਼ਾਨ ਵੱਖਰਾ ਇੱਧਰ ਵੇਖੀ ਮਾਪਿਆਂ ਦਾ ਸ਼ਾਨ ਵੱਖਰਾ ਜਿੱਥੇ ਤੇਰਾ ਅੱਬਾ ਸੋਹਣਾ ਲੱਗਦਾ ਵੇ ਉੱਥੇ ਰਿਸ਼ਤੇਦਾਰ ਸੋਹਣਾ ਨਹੀਂ ਲੱਗਦਾ ਜਿੱਥੇ ਤੇਰੀ ਮਾਂ ਸੋਹਣੀ ਲੱਗਦੀ ਆ ਘੁੰਮਣ ਸਾਹਿਬ ਉੱਥੇ ਚਾਚੇ ਤੇ ਤਾਏ ਸੋਹਣੇ ਨਹੀਂ ਲੱਗਦੇ ਆਪਣੇ ਅੱਬੇ ਨੂੰ ਪ੍ਰੋਟੋਕੋਲ ਦਿਓ ਆਪਣੀ ਮਾਂ ਨੂੰ ਪ੍ਰੋਟੋਕੋਲ ਦਿਓ ਆਪਣੇ ਅੱਬੇ ਦੇ ਕੱਪੜੇ ਚੰਗੇ ਰੱਖਿਆ ਜੇ ਆਪਣੇ ਅੱਬੇ ਦੀ ਜੁੱਤੀ ਚੰਗੀ ਰੱਖਿਆ ਜੇ ਤਵੱਜੋ ਜੀ ਆਪਣੇ ਬਾਪ ਦੀ ਪੱਗ ਚੰਗੀ ਰੱਖਿਆ ਜੇ ਅੱਜ ਕਾਲਾ ਘੁੰਮਣਾ ਪਿਆ ਰੋਂਦਾ ਏ ਅੱਜ ਪੁੱਤਰ ਵੀ ਰੋ ਰਹੇ ਨੇ ਮੇਰੇ ਨਬੀ ਨੇ ਫਰਮਾਇਆ ਸਹਾ
ਸਾਹਬਾ ਜਿਹਦੇ ਤੇ ਵਾਲਦ ਰਾਜ਼ੀ ਹੈ, ਆਏ ਹਾਏ, ਜਿਹਦੇ ਤੇ ਬਾਪ ਰਾਜ਼ੀ ਹੈ, ਉਹਦੇ ਤੇ ਰੱਬ ਰਾਜ਼ੀ ਹੈ, ਜਿਹਦੇ ਜੀ ਬਾਬਾ ਬੜਾ ਸੋਹਣਾ ਪਿਆ ਸੁਣਨਾ, ਜਿਹਦੇ ਤੇ ਬਾਪ ਰਾਜ਼ੀ ਹੈ, ਉਹਦੇ ਤੇ ਰੱਬ ਰਾਜ਼ੀ ਹੈ, ਅੱਜ ਬੀਵੀਆਂ ਰਾਜ਼ੀ ਕਰ ਲਈਆਂ ਨੇ, ਅੱਜ ਸਹੁਰੇ ਰਾਜ਼ੀ ਕਰ ਲੈਣੀ, ਅੱਜ ਸੱਸ ਰਾਜ਼ੀ ਕਰ ਲਈ ਆ, ਅੱਜ ਸਾਲੇ ਰਾਜ਼ੀ ਕਰ ਲੈਣੀ, ਅੱਜ ਸਕੀਆਂ ਭਰਾਵਾਂ ਨਾਲ ਤਲਕ ਤੋੜ ਲੈਣੇ, ਅੱਲਾ ਦੀ ਕਸਮ ਅਲਲ ਐਲਾਨ ਸੁਲਤਾਨੀ ਕਹਿ ਰਿਹਾ ਏ, ਅੱਜ ਪਿਓ ਬੁਲਾਉਂਦਾ ਰਿਹਾ ਵੇ, ਅੱਜ ਪੁੱਤਰ ਬੀਵੀ ਦੇ ਕਮਰੇ 'ਚੋਂ ਬੰਨੇ ਨਹੀਂ ਆਇਆ, ਅੱਜ ਮਾਂ ਰੋਂਦੀ ਰਹੀ ਆ, ਅੱਜ ਪੁੱਤਰ ਬੰਨੇ ਨਹੀਂ ਆਇਆ, ਇਹਨੇ ਅੱਬੇ ਦਾ ਹਾਲ ਨਹੀਂ ਪੁੱਛਿਆ, ਇਹਨੇ ਅੰਮਾ ਦਾ ਹਾਲ ਨਹੀਂ ਪੁੱਛਿਆ, ਇਹਨੇ ਇਹ ਨਹੀਂ ਆਖਿਆ ਅੱਬੂ ਜੀ ਕੀ ਚਾਹੀਦਾ ਏ, ਅੱਬੂ ਜੀ ਬਿਮਾਰ ਦਵਾਈ ਲੈ ਕੇ ਆਵਾਂ, ਸਾਰੀ ਰਾਤ ਬਾਬਾ ਖੰਘਦਾ ਰਿਹਾ ਏ, ਸਾਰੀ ਰਾਤ ਪਿਓ ਤੜਫਦਾ ਰਿਹਾ ਵੇ, ਉਹਦਾ ਪੁੱਤਰ ਬੰਨੇ ਨਹੀਂ ਆਇਆ, ਅੱਲਾ ਦੀ ਕਸਮ ਰੋਣ ਵਾਲਿਆ, ਉੱਥੇ ਪਿਓਵਾਂ ਦੇ ਮਾਣ ਮੁੱਕ ਜਾਂਦੇ ਨੇ, ਉੱਥੇ ਮਾਵਾਂ ਦੇ ਮਾਣ ਮੁੱਕ ਜਾਂਦੇ ਨੇ, ਹਾਏ ਮਾਂ ਦੀ ਏ ਹੁਣੇ ਮੇਰਾ ਪੁੱਤਰ ਆਵੇਗਾ, ਪਿਓ ਬੋਲ ਕੇ ਆਉਂਦਾ ਉਹਨੇ ਨਹੀਂ ਆਉਣਾ, ਉਹਨੇ ਬੀਵੀ ਦੇ ਆਖੇ ਲੱਗਣਾ ਏ, ਉਹਨੇ ਮਾਂ ਇੱਧਰ ਵੇਖੀ ਯਾਰ, ਉਹਨੇ ਬੀਵੀ ਦੇ ਆਖੇ ਲੱਗਣਾ ਏ, ਉਹਨੇ ਮਾਂ ਦੇ ਆਖੇ ਲੱਗਣਾ ਏ, ਉਹਨੇ ਪਿਓ ਦੇ ਆਖੇ ਨਹੀਂ ਲੱਗਣਾ, ਛੱਲਿਆ ਸਾਰੀ ਜ਼ਿੰਦਗੀ ਤੇਰੇ ਪਿੱਛੇ ਮਰਦਾ ਰਿਹਾ ਏ, ਹਾਂ ਮੈਂ ਤੈਨੂੰ ਕਪੂਰੋ ਵਾਲੀ ਦੇ ਅੱਡੇ ਤੇ ਲੈ ਜਾਂਦਾ ਵਾਂ, ਚਿੱਟੀਆਂ ਦਾੜੀਆਂ ਵਾਲੇ ਬਾਬੇ ਮੈਂ ਵਿਖਾਉਂਦਾ ਵਾਂ, ਹਾਂ ਮੈਂ ਤੈਨੂੰ ਬਰਾਮ ਦੀ ਮੋੜ ਤੇ ਲੈ ਜਾਂਦਾ ਵਾਂ, ਨੂਰਾਨੀ ਸਾਹ ਜਦੋਂ ਸੁਬਾਹ ਦਾ ਵੇਲਾ ਆਉਂਦਾ ਏ, ਸਾਹਮਣੇ ਤੁਸੀਂ ਦੁਕਾਨ ਤੇ ਬੈਠੇ ਆਉਂਦੇ ਹੋ, ਫਿਰ 70-70 ਸਾਲ ਦੇ ਬਾਬੇ ਆਉਂਦੇ ਨੇ, ਬਾਬਾ ਜੀ ਬੇਲ ਚਾ ਲੈ ਕੇ ਖਲੋਤੇ ਆਉਂਦੇ ਨੇ, ਤੇ ਦੁਆਵਾਂ ਕਰਦੇ ਨੇ ਮੌਲਾ ਦਿਹਾੜੀ ਲੱਗ ਜਾਏ, ਹੇ ਮੇਰੀਆਂ ਧੀਆਂ ਭੁੱਖੀਆਂ ਹੋਣੀਆਂ ਨੇ, ਹੇ ਮੇਰੇ ਪੁੱਤਰ ਭੁੱਖੇ ਹੋਣੇ ਨੇ, ਹੇ ਲੱਖਾਂ ਪਿਓ ਸਿਆਲਕੋਟ ਦੀਆਂ ਸੜਕਾਂ ਤੇ ਰੁੱਲ ਗਏ ਨੇ, ਹੇ ਲੱਖਾਂ ਬਾਬੇ ਮਜ਼ਦੂਰੀ ਦੇ ਅੱਡੇ ਤੇ ਰੁੱਲ ਗਏ ਨੇ, ਬਾਬਾ ਜੀ ਤਰਲੇ ਪਾਉਂਦੇ ਨੇ, ਆਉਂਦੇ ਨੇ ਮੈਨੂੰ 100 ਰੁਪਇਆ ਕੱਢ ਦੇ ਲੈ, ਹੇ ਮੈਨੂੰ ਲੈ ਜਾ, ਮੇਰੀ ਦਿਹਾੜੀ ਨਾ ਟੁੱਟੇ, ਮੈਂ ਘਰ ਦਾ ਸਮਾਨ ਖੜਨਾ ਏ, ਹੇ ਘੁੰਮਣ ਸਾਹਿਬ ਮੈਨੂੰ ਇਮਾਨਦਾਰੀ ਨਾ ਦੱਸਿਆ ਰੇ, ਜਿਹਨੇ ਦੁਪਹਿਰ ਦੀ ਰੋਟੀ ਵੀ ਨਹੀਂ ਖਾਧੀ, ਜਿਹਨੇ ਸ਼ਾਮ ਇੱਧਰ ਵੇਖੀ, ਜਿਹਨੇ ਸ਼ਾਮ ਦੀ ਰੋਟੀ ਵੀ ਨਹੀਂ ਖਾਧੀ, ਮੋਹਸਨ ਸਾਹਿਬ ਪੈਸੇ ਜਮ੍ਹਾਂ ਕਰਦਾ ਰਿਹਾ ਏ, ਉਹਨੇ ਬੱਸ ਦਾ ਕਿਰਾਇਆ ਨਹੀਂ ਦਿੱਤਾ, ਉੱਥੋਂ ਸਵਾਰੀ ਲੈਂਦਿਆਂ ਆ ਰਿਹਾ ਏ, ਕਦੀ ਕਿਸੇ ਮੋਟਰਸਾਈਕਲ 'ਤੇ ਬਹਿ ਰਿਹਾ ਏ, ਕਦੀ ਕਿਸੇ ਨੂੰ ਹੱਥ ਕਰਾ ਰਿਹਾ ਏ, ਉਹਨੇ 150 ਰੁਪਇਆ ਕਿਰਾਇਆ ਬਚਾ ਲਿਆ ਵੇ, ਉਹਨੇ ਆ ਕੇ ਬੱਚਿਆਂ ਨੂੰ ਦਿੱਤਾ ਏ, ਕਿਹੜੇ ਮੂੰਹ ਨਾਲ ਪਿਓ ਨੂੰ ਗੱਲਾਂ ਕੀਤੀਆਂ ਨੀ, ਕਿਹੜੇ ਮੂੰਹ ਨਾਲ ਬਾਪ ਨੂੰ ਝਿੜਕ ਮਾਰੀ ਆ, ਥਾਈਓ ਤੇ ਸੁਲਤਾਨੀ ਤੇਰੇ ਮਜਮੇ ਨੂੰ ਕਹਿ ਰਿਹਾ ਏ, ਪਾੜੇ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਤਵੱਜੋ, ਪਾੜੇ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ, ਫਰਮਾਨ ਵਖਰਾ, ਅੱਜ ਅਸੀਂ ਸਾਰੇ ਹਜ਼ਰਾਤ ਦਸਵੇਂ ਸ਼ਰੀਫ ਦੇ ਖਤਮ ਦੇ ਅੰਦਰ ਤਸ਼ਰੀਫ ਫਰਮਾਵਾਂ, ਜਨਾਬ ਸ਼ਬੀਰ ਹੁਸੈਨ ਵਲਦ ਨਬੀ ਬਖਸ਼ ਮਰਹੂਮ, ਜਿਨ੍ਹਾਂ ਦੇ ਦਸਵੇਂ ਸ਼ਰੀਫ ਦਾ ਖਤਮੇ ਪਾ ਕੇ ਲਵਾਹਿਕੀਨ ਵੀ ਮੌਜੂਦ ਨੇ, ਜਨਾਬ ਮੋਹਤਰਮ ਮਨੀਰ ਹੁਸੈਨ, ਜਨਾਬ ਮੋਹਤਰਮ ਮੋਹਸਨ ਸ਼ਬੀਰ ਸਾਹਿਬ, ਤਾਹਿਰ ਸ਼ਬੀਰ ਸਾਹਿਬ, ਹਸਨ ਸ਼ਬੀਰ ਸਾਹਿਬ, ਅੱਲਾ ਕਰੀਮ ਇਹਨਾਂ ਦੇ ਵਾਲਦ ਸਾਹਿਬ ਦੀ ਕਾਮਿਲ ਬਖਸ਼ਿਸ਼ ਹੋ ਮਗਫਰਤ ਫਰਮਾਏ। ਮਾਸ਼ਾਅੱਲਾ, ਮੇਰੇ ਤੋਂ ਕਬਲ ਕਿਬਲਾ ਸਾਹਿਬ ਨੇ ਖੂਬਸੂਰਤ ਹਾਜ਼ਰੀ ਪੇਸ਼ ਕੀਤੀ,
ਅੱਲਾ ਕਰੀਮ ਆਪਣੀ ਪਾਕ ਬਾਰਗਾਹ ਦੇ ਅੰਦਰ ਇਹਨਾਂ ਦਾ ਪੜ੍ਹਨਾ ਸਾਡਾ ਸੁਣਨਾ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਕਿਬਲਾ ਆਪਦੇ ਇਲਾਕੇ ਦੀ ਜਾਨੀ ਪਹਿਚਾਨੀ ਸ਼ਖਸੀਅਤ ਨੂਰਾਨੀ ਸਾਹਿਬ ਵੀ ਤਸ਼ਰੀਫ ਫਰਮਾ ਨੇ, ਅੱਲਾ ਪਾਕ ਇਹਨਾਂ ਨੂੰ ਵੀ ਮਜ਼ੀਦ ਇਜ਼ਤਾਂ ਔਰ ਬਰਕਤਾਂ ਨਾਲ ਨਵਾਜ਼ੇ। ਮੇਰੇ ਕੋਲ ਜਿਹੜਾ ਟਾਈਮ ਹੈ ਉਹ 45 ਮਿੰਟ ਦਾ ਟਾਈਮ ਹੈ, ਇਨਸ਼ਾਅੱਲਾ ਉਸੇ ਟਾਈਮ ਦੇ ਅੰਦਰ ਰਹਿ ਕੇ ਮੈਂ ਆਪ ਹਜ਼ਰਾਤ ਦੇ ਸਾਹਮਣੇ ਬਾਪ ਦੀ ਸ਼ਾਨ ਦੇ ਹਵਾਲੇ ਦੇ ਨਾਲ ਚੰਦ ਬਾਤਾਂ ਅਰਜ਼ ਕਰਨੀਆਂ ਨੇ। ਮੈਂ ਦੁਆ ਕਰਨਾ ਕਿ ਅੱਲਾ ਕਰੀਮ ਤੁਸੀਂ ਜਿੰਨੇ ਆਏ ਬੈਠੇ ਹੋ, ਜਿਹਦੇ ਜਿਹਦੇ ਵਾਲਦੈਨ ਦੁਨੀਆ ਤੋਂ ਚਲੇ ਗਏ, ਅੱਲਾ ਉਹਨਾਂ ਦੀ ਕਾਮਿਲ ਬਖਸ਼ਿਸ਼ ਓ ਮਗਫਰਤ ਫਰਮਾਏ। ਮਾਸ਼ਾਅੱਲਾ ਮੇਰੀ ਇਹ ਪਹਿਲੀ ਹਾਜ਼ਰੀ ਹੈ ਤੁਹਾਡੇ ਗਾਉਂ ਦੇ ਅੰਦਰ, ਅਤੇ ਮੈਨੂੰ ਯਕੀਨਨ ਇਸ ਬਾਤ ਦੀ ਉਮੀਦ ਹੈ ਕਿ ਆਪ ਸੋਹਣਾ ਸੁਣਦੇ ਹੋ ਔਰ ਸੋਹਣੇ ਲੋਕ ਸਾਰੇ ਚੰਗੇ ਹੋ, ਮੇਰੇ ਤੋਂ ਸਾਰੇ ਚੰਗੇ ਹੋ। ਅੱਲਾ ਕਰੀਮ ਤੁਹਾਡਾ ਸਦਕਾ ਮੇਰੀ ਬਖਸ਼ਿਸ਼ ਫਰਮਾਏ। ਇਹਨਾਂ ਵਿੱਚੋਂ ਪਤਾ ਨਹੀਂ ਨੂਰਾਨੀ ਸਾਹਿਬ ਕਿਹੜਾ ਬੰਦਾ ਐਸਾ ਆਇਆ ਜਿਹਦੀ ਵਜ੍ਹਾ ਤੋਂ ਇਹਨਾਂ ਦੇ ਵਾਲਦ ਦੀ ਬਖਸ਼ਿਸ਼ ਹੋਣੀ ਹੈ। 40 ਬੰਦਿਆਂ ਵਿੱਚ ਇੱਕ ਉਹਦਾ ਬੰਦਾ ਹੁੰਦਾ, ਜ਼ਰਾ ਤਵੱਜੋ ਕਰਨੀ ਹੈ ਮਿਹਰਬਾਨੀ ਜਨਾਬ, ਤਵੱਜੋ ਕਰਿਓ। ਇਹ 3 ਕੈਮਰੇ ਲੱਗੇ ਨੇ, ਵੀਡੀਓ ਪੂਰੀ ਦੁਨੀਆ 'ਤੇ ਕੱਲ੍ਹ ਚਲੀ ਜਾਣੀ ਹੈ, ਯੂਰਪ ਤੱਕ, ਅਰਬ ਮੁਮਾਲਕ ਤੱਕ, ਅਤੇ ਮੈਂ ਚਾਹੁੰਦਾ ਕਿ ਜਿੱਥੋਂ ਤੱਕ ਆਵਾਜ਼ ਆਵੇ ਕਿਸੇ ਦੇ ਦਿਲ 'ਤੇ ਕੋਈ ਗੱਲ ਅਸਰ ਕਰੇ। ਬਾਬਾ ਜੀ 40 ਮੋਮਿਨ ਬੰਦਿਆਂ ਵਿੱਚ ਇੱਕ ਬੰਦਾ ਉਹ ਹੁੰਦਾ ਕਿ ਜਿਹੜਾ ਹੱਥ ਚੁੱਕ ਲਏ ਅਤੇ ਅੱਲਾ ਉਹਦੀ ਦੁਆ ਰੱਦ, ਅੱਲਾ ਉਹਦੀ ਦੁਆ ਰੱਦ। ਮੈਨੂੰ ਕਾਲਾ ਘੁੰਮਣਾ ਲਿਓ, ਇਮਾਨਦਾਰੀ ਨਾਲ ਦੱਸੋ, 40 ਵਿੱਚ ਇੱਕ ਉਹਦਾ ਹੁੰਦਾ, ਇੱਥੇ ਤਾਂ ਕਿੰਨੇ 40 ਬੈਠੇ ਨੇ। ਔਰ ਫਿਰ ਵੇਖੋ ਨੂਰਾਨੀ ਸਾਹਿਬ ਮਸਜਿਦ ਫੁੱਲ ਹੋਈ ਹੈ, ਇਹ ਇਸ ਗੱਲ ਦਾ ਯਕੀਨ ਹੈ ਔਰ ਇਸ ਬਾਤ 'ਤੇ ਯਕੀਨ ਹੈ ਕਿ ਜਿਹੜਾ ਬੰਦਾ ਦੁਨੀਆ ਤੋਂ ਗਿਆ ਉਹ ਚੰਗਾ ਸੀ। ਬਾਬਾ ਜੀ ਭੈੜੇ ਬੰਦੇ ਵਾਸਤੇ ਵੀ ਕੋਈ ਹੁੰਦਾ ਜੇ, ਜਿਹੜਾ ਬੰਦਾ ਚੰਗਾ ਹੋਵੇ ਉਹਦੇ ਵਾਸਤੇ ਲੋਕ ਆਉਂਦੇ ਨੇ ਨਾ, ਅਤੇ ਜਗ੍ਹਾ ਕੋਈ ਨਹੀਂ ਰਹੀ ਅਤੇ ਬੰਦੇ ਆ ਗਏ ਨੇ। ਬਾਬਾ ਵਜ੍ਹਾ ਕੀ ਹੈ? ਕੀ ਸ਼ਬੀਰ ਸਾਹਿਬ ਨਾਂ ਸੀ ਮਰਹੂਮ ਦਾ, ਅੱਛੀ ਜ਼ਿੰਦਗੀ ਗੁਜ਼ਾਰ ਕੇ ਗਏ ਨੇ, ਉਹਦੀ ਗਵਾਹੀ ਆ ਲੋਕ ਦੇਣ ਆਏ ਨੇ। ਮੈਂ ਤੁਹਾਨੂੰ ਦੱਸਾਂ ਇੱਕ ਗੱਲ, ਸਿਆਲਕੋਟ ਆ ਲਿਓ, ਇਹ ਜਿਹੜਾ ਹੁਣ ਦੌਰ ਜਾ ਰਿਹਾ ਨਾ, ਨਾ ਲੋਕ ਪੈਸੇ ਵਾਸਤੇ ਹੁੰਦੇ ਜੇ ਅਤੇ ਨਾ ਲੋਕ ਰੋਟੀ ਵਾਸਤੇ ਹੁੰਦੇ ਜੇ, ਲੋਕ ਆਉਂਦੇ ਨੇ ਬੰਦੇ ਦੇ ਤਲਕ ਵਾਸਤੇ। ਮੇਰੀ ਗੱਲ ਯਾਦ ਰੱਖਿਓ, ਕਾਹਦੇ ਵਾਸਤੇ? ਤਲਕ ਵਾਸਤੇ। ਅਕਸਰ ਬੰਦੇ ਆਉਂਦੇ ਨੇ, ਯਾਰ ਫਲਾਣੇ ਚੇਅਰਮੈਨ ਸਾਹਿਬ ਦਾ ਬੜਾ ਵੱਡਾ ਜਨਾਜ਼ਾ ਹੋਇਆ, ਹੈਂ ਇਹ ਫਲਾਣੇ ਮੌਲਵੀ ਸਾਹਿਬ ਦਾ ਬੜਾ ਵੱਡਾ ਜਨਾਜ਼ਾ ਹੋਇਆ। ਤੁਸੀਂ ਸੁਣਿਆ ਨਾ ਹਕੀਮ ਅਬਦੁੱਲ ਅਜ਼ੀਜ਼ ਸਾਹਿਬ ਦਾ ਕਿੱਡਾ ਜਨਾਜ਼ਾ ਹੋਇਆ ਸੀ? ਉਹ ਰਿਸ਼ਤੇਦਾਰ ਆਏ ਸਨ, ਉਹ ਤਲਕਦਾਰ, ਮੁਹੱਬਤ ਕਰਨ ਵਾਲੇ, ਜਿਹੜੇ ਉਹਨਾਂ ਨਾਲ ਮੁਹੱਬਤ ਕਰਦੇ ਸਨ, ਅਤੇ ਪੂਰਾ ਸਿਆਲਕੋਟ ਦੀਆਂ ਸੜਕਾਂ ਬਲਾਕ ਸਨ। ਪਤਾ ਇਹ ਲੱਗ ਗਿਆ ਕਿ ਜਿਹੜਾ ਅੱਲਾ ਵਾਸਤੇ ਜ਼ਿੰਦਗੀ ਗੁਜ਼ਾਰ ਕੇ ਜਾਵੇ, ਅੱਲਾ ਮਰਨ ਨਹੀਂ ਦਿੰਦਾ, ਕਬਰ ਵਿੱਚ ਵੀ ਨਾ ਜ਼ਿੰਦਾ ਕਰ ਛੱਡਦਾ ਹੈ। ਅੱਲਾ ਮਰਨ ਨਹੀਂ ਦਿੰਦਾ, ਅੱਛੀ ਜ਼ਿੰਦਗੀ ਗੁਜ਼ਾਰ ਕੇ ਜਾਓ ਕਿ ਤੁਹਾਡੇ ਮਗਰੋਂ ਲੋਕ ਤੁਹਾਡੇ ਖਤਮ ਅਤੇ ਮੇਰੇ ਖਤਮ ਦੇ ਜਨਾਜ਼ੇ 'ਤੇ ਆ ਕੇ ਇਹ ਗਵਾਹੀ ਦੇਣ ਕਿ ਮੌਲਾ ਬੰਦਾ ਚੰਗਾ ਸੀ। ਅਤੇ ਫਿਰ ਤਾਂ ਨਬੀ ਪਾਕ ਦਾ ਵੀ ਫਰਮਾਨ ਹੈ ਨਾ, ਹਜ਼ੂਰ ਨੇ ਫਰਮਾਇਆ ਜਿਹਦੀ ਇੱਥੇ ਗਵਾਹੀ ਚੰਗੀ ਲੱਭ ਜਾਏ ਉਹ ਬਖਸ਼ਿਆ ਗਿਆ, ਉਹ ਬਖਸ਼ਿਆ ਗਿਆ। ਜਿਹਦੀ ਗਵਾਹੀ ਇੱਥੇ ਚੰਗੀ ਲੱਭ ਜਾਏ ਅਤੇ ਜਿਹਦੀ ਇੱਥੇ ਗਵਾਹੀ ਚੰਗੀ ਨਾ ਲੱਭੇ, ਜਿਹਨੂੰ ਸਾਰੇ ਆਖਣ ਵੀ ਸ਼ੁਕਰ ਹੈ ਯਾਰ ਅੱਲਾ ਜਾਣ ਛੁੱਟੀ ਹੈ, ਲੜਾਈ ਲੈਂਦਾ ਰਹਿੰਦਾ ਸੀ, ਇਹ ਮੁਹੱਲੇ 'ਚ ਕਿਸੇ ਨੂੰ ਸਕੂਨ ਨਹੀਂ ਸੀ ਲੈਣ ਦਿੰਦਾ। ਜਿਹੜੇ ਇੱਥੇ ਬੰਦੇ ਜਾਣ ਛੁਡਾਣ, ਇੱਥੇ ਤਾਂ ਬੰਦਿਆਂ ਦੀ ਜਾਨ ਛੁੱਟ ਗਈ ਹੈ, ਕਬਰ ਵਿੱਚ ਉਹਦੀ ਨਹੀਂ ਛੁੱਟਣੀ। ਇਹ ਮੇਰੀ ਗੱਲ ਯਾਦ ਰੱਖਿਓ, ਇਸ ਵਾਸਤੇ ਇੰਝ ਦੀ ਜ਼ਿੰਦਗੀ ਗੁਜ਼ਾਰ ਕੇ ਜਾ ਕਿ ਲੋਕ ਤੈਨੂੰ ਅੱਛਿਆਂ ਲਫਜ਼ਾਂ ਨਾਲ ਯਾਦ ਕਰਨ। ਕੋਈ ਇੰਝ ਦੀ ਨੇਕੀ ਕਰ ਜਾ, ਕੋਈ ਇੰਝ ਦੇ ਅਮਾਲ ਕਰ ਜਾ
ਬਾਬਾ ਜੀ ਜ਼ਰਾ ਇੱਕ ਮਿੰਟ ਵਾਸਤੇ ਗੱਲ ਬਰੀ ਕੇ ਜ਼ਰਾ ਤਵੱਜੋ ਕਰਿਓ। ਨੂਰਾਨੀ ਸਾਹਿਬ ਤਸ਼ਰੀਫ ਫਰਮਾਨ, ਕਿਬਲਾ ਤਸ਼ਰੀਫ ਫਰਮਾਨ। ਬਾਬਾ ਜੀ ਜਿਹੜਾ ਬੰਦਾ ਨਮਾਜ਼ ਪੜ੍ਹਦਾ ਉਹ ਕਿਸੇ ਵਾਸਤੇ ਪੜ੍ਹਦਾ ਕਿ ਆਪਣੇ ਵਾਸਤੇ? ਉੱਚੀ ਬੋਲੋ ਨਾ ਯਾਰ। ਬੰਦਾ ਰੋਜ਼ਾ ਰੱਖਦਾ ਕਿਸੇ ਵਾਸਤੇ ਕਿ ਆਪਣੇ ਵਾਸਤੇ? ਹਜ ਕਰਦਾ ਕਿਸੇ ਵਾਸਤੇ ਕਿ ਆਪਣੇ ਵਾਸਤੇ? ਬਾਬਾ ਜੀ ਇਹ ਸਾਰੇ ਅਮਾਲ ਬੰਦਾ ਕਰਦਾ ਆਪਣੇ ਵਾਸਤੇ ਤੇ ਉਹਨੂੰ ਫਾਇਦਾ। ਮੈਂ ਕਿਹਾ ਕੋਈ ਇੰਜ ਦੇ ਕੰਮ ਵੀ ਕਰ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ। ਇਹ ਤੇ ਤੇਰੇ ਫਾਇਦੇਮੰਦ ਚੀਜ਼ਾਂ ਨੇ, ਤੇਰੇ ਫਾਇਦੇਮੰਦ। ਕੋਈ ਇੰਜ ਦੇ ਕੰਮ ਕਰ ਇਨਸਾਨੀਅਤ ਨੂੰ ਫਾਇਦਾ ਹੋਵੇ, ਮਖਲੂਕੇ ਖੁਦਾ ਨੂੰ ਫਾਇਦਾ ਹੋਵੇ ਕਿ ਤੇਰੇ ਮਰਨ ਤੋਂ ਬਾਅਦ ਵੀ ਲੋਕ ਉਸ ਟੂਟੀ ਤੋਂ ਪਾਣੀ ਲੈਣ ਤੇ ਤੇਰੇ ਵਾਸਤੇ ਦੁਆ ਕਰਨ। ਤਵੱਜੋ ਕਿਬਲਾ ਰੱਬੇ ਕਬ। ਗੱਲ ਬਰੀਕ ਹੈ, ਹਰ ਬੰਦੇ ਨੂੰ ਸਮਝ ਨਹੀਂ ਆਉਣੀ। ਬਾਬਾ ਜੀ ਨਮਾਜ਼ ਪੜ੍ਹੋ, ਨਮਾਜ਼ ਜ਼ਰੂਰੀ ਹੈ, ਲੇਕਿਨ ਹਕੂਕ ਉੱਲਾ ਦੇ ਨਾਲ ਹਕੂਕਲ ਇਬਾਦ ਵੀ ਅਦਾ ਕਰਨੇ। ਜੇ ਇੱਕ ਬੰਦਾ ਨਮਾਜ਼ ਪੜ੍ਹਦਾ, ਚਲੋ ਤੁਹਾਡੇ ਕੋਲ ਫੈਸਲਾ ਕਰਵਾ ਲੈਣਾ, ਪੰਜ ਵਕਤ ਦਾ ਨਮਾਜ਼ੀ ਹੈ, ਚਾਚਿਆਂ ਨਾਲ ਉਹਦੀ ਬੋਲਣ ਚਾਲਣ ਕੋਈ ਨਹੀਂ, ਭਰਾਵਾਂ ਨਾਲ ਉਹਦਾ ਬੋਲਣ ਚਾਲਣ ਕੋਈ ਨਹੀਂ, ਰਿਸ਼ਤੇਦਾਰਾਂ ਨਾਲ ਉਹਦਾ ਤਲਕ ਖਤਮ ਹੈ, ਉਹਦੀ ਨਮਾਜ਼ ਉਹਦੇ ਕੰਮ ਆਏਗੀ? ਕਿਬਲਾ ਬੈਠੇ ਨੇ, ਮੈਂ ਇੱਥੇ ਹਦੀਸ ਨੋਟ ਕਰਨ ਲੱਗਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਜਿਹੜਾ ਬੰਦਾ ਰਿਸ਼ਤੇਦਾਰੀ ਕਤਾ ਤਲਕ ਕਰਦਾ, ਰਿਸ਼ਤੇਦਾਰੀਆਂ ਤੋੜਦਾ, ਉਹ ਸਾਡੇ ਵਿੱਚੋਂ ਹੀ ਨਹੀਂ। ਤੇ ਜਿਹਨੂੰ ਨਬੀ ਪਾਕ ਫਰਮਾਨ ਸਾਡੇ ਵਿੱਚੋਂ ਨਹੀਂ, ਉਹ ਆਖਿਆ ਹਜ਼ੂਰ ਮੈਂ ਦਾੜੀ ਰੱਖੀ ਸੀ, ਹਜ਼ੂਰ ਮੈਂ ਫਜਰ ਦੀ ਅਜ਼ਾਨ ਮਸੀਤੇ ਦੇਣਾ ਸਾਂ, ਹਜ਼ੂਰ ਮੈਂ ਪੰਜ ਵਕਤ ਨਮਾਜ਼ ਪੜ੍ਹਨਾ ਸਾਂ। ਅੱਲਾ ਨੇ ਫਰਮਾਇਆ ਸਾਰਾ ਕੁਝ ਠੀਕ ਹੈ, ਦੱਸ ਮੇਰੇ ਬੰਦਿਆਂ ਨਾਲ ਕੀ ਸਲੂਕ ਕਰ ਗਿਆ ਹੈ ਜੀ, ਦੱਸ ਮੇਰੇ ਬੰਦਿਆਂ ਨਾਲ ਕੀ ਸਲੂਕ ਕਰਕੇ ਆਇਆ। ਇੰਜ ਦੀ ਨੇਕੀ ਕਰੋ ਜਿਹਦੇ ਨਾਲ ਪਿੰਡ ਨੂੰ ਫਾਇਦਾ ਹੋਵੇ, ਜਿਹਦੇ ਨਾਲ ਰਿਸ਼ਤੇਦਾਰਾਂ ਨੂੰ ਫਾਇਦਾ ਹੋਵੇ, ਜਿਹਦੇ ਨਾਲ ਤਲਕਦਾਰਾਂ ਨੂੰ ਫਾਇਦਾ ਹੋਵੇ, ਫਿਰ ਬੰਦੇ ਦਾ ਨਾਂ ਜ਼ਿੰਦਾ ਰਹਿੰਦਾ। ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਇੱਧਰ ਤਵੱਜੋ, ਜ਼ਰੂਰੀ ਬਾਤਾਂ ਨੇ ਜਿਹੜੀਆਂ ਮੈਂ ਸ਼ੁਰੂ ਵਿੱਚ ਕਰਨਾ ਪਿਆ। ਬਾਬਾ ਜੀ ਲੋਕ ਆਉਂਦੇ ਨੇ ਪੁੱਤਰ ਹੋਣ 'ਤੇ ਨਾਂ ਜ਼ਿੰਦਾ ਰਹਿੰਦਾ, ਆਉਂਦੇ ਨੇ ਕਿ ਨਹੀਂ ਆਉਂਦੇ? ਉਹ ਪਿੱਛੇ ਤੱਕ ਲੋਕ ਬੈਠੇ ਹੋ, ਆਵਾਜ਼ ਆ ਰਹੀ ਹੈ ਬਾਹਰ, ਇੱਧਰ ਤਵੱਜੋ ਫਰਮਾਇਓ। ਲੋਕ ਆਉਂਦੇ ਨੇ ਪੁੱਤਰ ਹੋਵੇ ਤੇ ਨਾਂ ਜ਼ਿੰਦਾ ਰਹਿੰਦਾ, ਮੈਂ ਕਿਹਾ ਪੁੱਤਰਾਂ ਨਾਲ ਨਾਂ ਜ਼ਿੰਦਾ ਨਹੀਂ ਰਹਿੰਦਾ। ਦਾਤਾ ਅਲੀ ਹਜਵੇਰੀ ਨੂੰ ਜਾਣਦੇ ਹੋ? ਮਿਹਰਬਾਨੀ ਜਨਾਬ, ਅਗਰ ਮੇਰਾ ਸੁਣੋ, ਗੱਲ ਸਮਝ ਵਿੱਚ ਆ ਗਈ ਤੇ ਫਿਰ ਬੋਲਿਓ। ਓਏ ਲਾਹੌਰ ਦੀ ਨਗਰੀ 'ਚ ਦਾਤਾ ਅਲੀ ਹਜਵੇਰੀ ਵੱਸਦੇ ਪਏ ਨੇ, ਕਿਹੜੀ ਔਲਾਦ ਹੈ ਆਪ ਦੀ? ਹੈ ਵੀ ਔਲਾਦ? ਇਹ ਕਿਬਲਾ ਸਾਹਿਬ ਬੈਠੇ ਨੂੰ ਪੁੱਛੋ, ਕੋਈ ਔਲਾਦ ਨਹੀਂ ਆਪ ਦੀ, ਕੋਈ ਔਲਾਦ ਨਹੀਂ। ਤਕਰੀਬਨ 1000 ਸਾਲ ਦੇ ਨੇੜੇ ਕੰਮ ਪਹੁੰਚ ਗਿਆ, ਅੱਜ ਵੀ ਦੁਨੀਆ ਜਾਣਦੀ ਕਿ ਦਾਤਾ ਅਲੀ ਹਜਵੇਰੀ। ਹੁਣ ਦੱਸੋ, ਨਾ ਔਲਾਦ ਨੇ ਜ਼ਿੰਦਾ ਰੱਖਿਆ ਜਾਂ ਪਰਵਰਦਿਗਾਰ ਨੇ ਜ਼ਿੰਦਾ ਰੱਖਿਆ? ਬਾਬਾ ਜੀ ਔਲਾਦ ਭੈੜੀ ਹੋਵੇ ਤੇ ਚੰਗਾ ਨਾਂ ਵੀ ਡੁੱਬ ਜਾਂਦਾ, ਚੰਗਾ ਬੰਦਾ ਵੀ ਹੋਵੇ ਨਾ, ਉਹ ਬੰਦਾ ਸਾਰੀ ਜ਼ਿੰਦਗੀ ਮਾਸਟਰ ਲੱਗਾ ਹੋਵੇ, ਸਕੂਲ ਹੈਡ ਮਾਸਟਰ ਹੋਵੇ ਤੇ ਸਾਰੇ ਸਲਾਮ ਕਰਨ, ਸਰ ਜੀ ਕੀ ਹਾਲ ਹੈ, ਮਾਸਟਰ ਸਾਹਿਬ ਕੀ ਹਾਲ ਹੈ, ਤੇ ਜੇ ਇੱਕ ਪੁੱਤਰ ਵਿੱਚੋਂ ਨਸ਼ਾ ਹੀ ਨਿਕਲ ਆਏ। ਮਾਸਟਰ ਸਾਹਿਬ ਦੀ ਤੇ ਮਿਹਨਤ ਗਈ ਨਾ 30 ਸਾਲ ਦੀ 40 ਸਾਲ ਦੀ, ਲੋਕ ਮਾਸਟਰ ਸਾਹਿਬ ਨੂੰ ਲਾਮੇ ਦਿੰਦੇ ਨੇ, ਮਾਸਟਰ ਸਾਹਿਬ ਪੁੱਤਰ ਨੂੰ ਸਮਝਾਓ, ਮਾਸਟਰ ਸਾਹਿਬ ਆਪਣੀ ਔਲਾਦ ਨੂੰ ਸਮਝਾਓ, ਕਾਲਾ ਘੁੰਮਣਾ ਲਿਓ। ਪਤਾ ਲੱਗ ਗਿਆ ਔਲਾਦ ਚੰਗੀ ਹੋਵੇ ਤੇ ਬੰਦਾ ਕਬਰ 'ਚ ਵੀ ਟੁਰ ਜਾਏ ਤੇ ਲੋਕ ਚੰਗਿਆਂ ਲਫ਼ਜ਼ਾਂ ਨਾਲ ਯਾਦ ਕਰਦੇ ਨੇ। ਔਲਾਦ ਭੈੜੀ ਨਿਕਲ ਆਏ, ਇਹ ਪੁੱਤਰ ਸਾਨਾ ਕਹਿੰਦੇ ਕੋਈ ਗੱਲ ਨਹੀਂ, ਅੱਬੇ ਦਾ ਜਦੋਂ 10ਵਾਂ ਜੂ ਕਰਨਾ ਤੇ 2 ਲੱਖ ਰੁਪਇਆ ਮਸੀਤੇ ਦੇ ਛੱਡਣੇ, ਗੁੱਸਾ ਤਾਂ ਨਹੀਂ ਕਰਕੇ? ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ ਨਾ ਜੀ, 2 ਲੱਖ ਰੁਪਇਆ ਜਨਾਜ਼ਗਾਹ ਦੇ ਛੱਡਣੇ, ਐਵੇਂ ਆਉਂਦੇ ਆ ਬੰਦਿਆਂ ਨੂੰ ਰੋਟੀ ਖਵਾਉਣੀ,
ਐਵੇਂ ਆਨੇ ਬੰਦਿਆਂ ਨੂੰ ਬੁਲਾ ਕੇ ਤੇ ਇੱਥੇ ਅਸੀਂ ਇਹ ਜਨਾਬ ਇੰਜ ਖਤਮ ਤੋਂ ਆਉਣਾ, ਚੱਲਿਓ ਗੱਲ ਖਤਮ ਦੀ ਨਹੀਂ, ਗੱਲ ਹੈ ਸਿਫਾਰਿਸ਼ ਦੀ। ਇੱਧਰ ਤਵੱਜੋ, ਅਸੀਂ ਇਹ ਨਹੀਂ ਆਉਂਦੇ ਤੂੰ ਤੂੰ ਭਾਵੇਂ ਖਤਮ ਦਵਾ ਤੇ ਭਾਵੇਂ ਦਵਾ ਨਾ ਦਵਾ, ਤੂੰ ਲੰਗਰ ਪਕਾ ਤੇ ਭਾਵੇਂ ਨਾ ਪਕਾ, ਕੋਈ ਜ਼ਰੂਰੀ ਨਹੀਂ। ਇਹ ਪੁੱਤਰਾਂ ਨੇ ਸਾਨੂੰ ਜਮ੍ਹਾਂ ਕੀਤਾ ਤੇ ਇਸ ਵਾਸਤੇ ਕੀਤਾ ਵੀ ਕੋਈ ਤੇ ਦੁਆ ਮੰਗੇ ਜਿਹਦੀ ਦੁਆ ਦੀ ਆਮੀਨ ਆਖੇ, ਉਹਦੀ ਦੁਆ ਦਾ ਸਦਕਾ ਅੱਲਾ ਸਾਡੇ ਵਾਲਦ ਦੀ ਕਬਰ ਵਿੱਚ ਬਖਸ਼ਿਸ਼ ਫਰਮਾ ਛੱਡੇ। ਇਸ ਵਾਸਤੇ ਲੰਗਰ ਖਾਣ ਵਾਸਤੇ ਨਹੀਂ ਅਸੀਂ ਬੰਦੇ ਬੁਲਾਉਂਦੇ, ਫਰੂਟ ਖਾਣ ਵਾਸਤੇ ਨਹੀਂ ਬੁਲਾਉਂਦੇ, ਉਹ ਦੁਆ ਮੰਗੋ। ਚਲੋ ਇੱਥੇ ਹੀ ਗੱਲ ਆ ਗਈ। ਤੁਸੀਂ ਆਖੋਗੇ ਸੁਲਤਾਨੀ ਸਾਹਿਬ ਇਹ ਜਿਹੜਾ ਖਤਮ ਤੇ ਦੁਆ ਪੇ ਕਰਦੇ ਹੋ ਕੁਰਾਨ ਵਿੱਚ ਹੈ ਵੇ, ਕੁਰਾਨ ਵਿੱਚ ਹੈ ਵੇ? ਇਹ ਸਾਰੇ ਮੋਹਸਨ ਭਾਈ ਤੁਹਾਡੇ ਭਾਈ ਬੈਠੇ ਹੋ, ਸਾਰੇ ਬੈਠੇ ਹੋ। ਨੂਰਾਨੀ ਸਾਹਿਬ ਜਿਹੜੀ ਗੱਲ ਕੁਰਾਨ ਚੋਂ ਮਿਲ ਜਾਏ ਉਹਦੇ ਵਿੱਚ ਸ਼ੱਕ ਹੋ ਸਕਦਾ? ਬਾਬੇ ਬੋਲਿਓ ਜ਼ਰਾ, ਉਹ ਜਿਹੜੀ ਗੱਲ ਕੁਰਾਨ ਚੋਂ ਮਿਲ ਜਾਏ ਉਹਦੇ ਵਿੱਚ ਹੋ ਸਕਦਾ? ਮੈਂ ਗੱਲ ਕਰਾਂ, ਮੇਰੀ ਗੱਲ ਵਿੱਚ ਸ਼ੱਕ ਹੋ ਸਕਦਾ? ਕਿਬਲਾ ਸਾਹਿਬ ਦੀ ਗੱਲ 'ਚ ਸ਼ੱਕ ਹੋ ਸਕਦਾ? ਨੂਰਾਨੀ ਸਾਹਿਬ ਦੀ ਗੱਲ, ਅਸੀਂ ਇਨਸਾਨ ਹਾਂ, ਗੁਨਾਹਗਾਰ ਹਾਂ, ਭੈੜੇ ਹਾਂ, ਹੋ ਸਕਦਾ? ਪਰ ਕੁਰਾਨ ਦੀ ਗੱਲ ਵਿੱਚ ਸ਼ੱਕ, ਜਿਹੜਾ ਕੁਰਾਨ ਦੀ ਗੱਲ ਵਿੱਚ ਸ਼ੱਕ ਕਰੇ ਉਹ ਦਾਰਾ ਇਸਲਾਮ ਤੋਂ ਖਾਰਜ ਹੋ ਜਾਂਦਾ। ਤੁਸੀਂ ਮੇਰੇ ਅੱਗੇ ਸਵਾਲ ਕਰੋ, ਸੁਲਤਾਨੀ ਸਾਹਿਬ ਹੈ ਜਿਹੜੀ ਦੁਆ ਦੇ ਵਾਸਤੇ ਬਿਠਾਇਆ ਜੇ, ਇਹ ਕੁਰਾਨ ਵਿੱਚ ਇਹਦਾ ਜ਼ਿਕਰ ਹੈ ਵੇ ਕਿ ਦੁਆ ਕਰੋ? ਤੁਸੀਂ ਮੇਰੇ 'ਤੇ ਸਵਾਲ ਕਰੋ ਅਤੇ ਮੈਂ ਉਹਦਾ ਜਵਾਬ ਦਿਆਂਗਾ। ਮੈਂ ਆਖਾਂਗਾ ਕਾਲਾ ਘੁੰਮਣਾ ਵਾਲਿਓ ਹੈ ਵੇ, ਤੁਸੀਂ ਆਖੋਗੇ ਕਿੱਥੇ? ਮੈਂ ਆਖਾਂਗਾ 15ਵੇਂ ਸਿਫਾਰੇ 'ਚ, ਸੂਰਤ ਬਨੀ ਇਸਰਾਈਲ 'ਚ ਕੁਰਾਨ ਲੈ ਕੇ ਆ। ਜੇ ਮੈਂ ਸਾਬਤ ਨਾ ਕਰਾਂ ਮੈਂ ਮਿੰਬਰ ਤੋਂ ਥੱਲੇ ਉਤਰ ਜਾਵਾਂਗਾ। ਜਿਹਦਾ ਮਰਜ਼ੀ ਤਰਜਮਾ ਲੈ ਗਿਆ, ਜਿਸ ਮਰਜ਼ੀ ਮੁਫਤੀ ਦਾ ਮੌਲਵੀ ਦਾ ਲੈ ਗਿਆ, ਮੈਂ ਸਾਬਿਤ ਕਰਾਂਗਾ। ਇੰਨੇ ਬੰਦੇ ਬੈਠੇ ਨੇ, ਕਾਰੀ ਸਾਹਿਬ ਅਲਾਮਾ ਸਾਹਿਬ ਤਾਈਦ ਕਰਨਗੇ ਮੇਰੀ ਗੱਲ ਦੀ। ਬਾਬਾ ਅੱਲਾ ਕੁਰਾਨ 'ਚ ਫਰਮਾ ਰਿਹਾ, ਕੁਰ ਰੱਬਿਰ ਹਮਹੁਮਾ ਕਮਾ ਰੱਬਾ ਯਾਨੀ ਸਗੀਰਾ। ਅੱਲਾ ਨੇ ਫਰਮਾਇਆ ਸੋਹਣਿਆ ਤੂੰ ਐਲਾਨ ਕਰ, ਸੋਹਣਿਆ ਤੂੰ ਐਲਾਨ ਕਰ, ਕੁੱਲ ਹਜ਼ੂਰ ਤੁਸੀਂ ਇਹਨਾਂ ਨੂੰ ਆਖੋ ਕਿ ਰੱਬੀ ਰਹਿਮ ਹੁਮਾ, ਇਹਨਾਂ ਨੂੰ ਕਵੋ ਦੁਆ ਕਰੋ, ਕੀ ਕਰੋ ਦੁਆ? ਰੱਬੀ ਰਹਿਮ ਹੁਮਾ ਕਮਾ ਰੱਬਾ ਯਾਨੀ ਸਗੀਰਾ। ਦੋ ਬੰਦਿਆਂ ਵਾਸਤੇ ਦੁਆ ਦਾ ਹੁਕਮ ਆਇਆ ਕੁਰਾਨ 'ਚ, ਦੋ ਬੰਦਿਆਂ ਵਾਸਤੇ, ਅੰਮਾ ਵਾਸਤੇ ਵੀ ਅਤੇ ਅੱਬੇ ਵਾਸਤੇ ਵੀ। ਹੁਣ ਵੀ ਜਿਹੜਾ ਚੁੱਪ ਰਵੇ ਤੇ ਉਹਦੀ ਮਰਜ਼ੀ ਹੈ। ਅੰਮਾ ਵਾਸਤੇ ਵੀ ਕੁਰਾਨ 'ਚ ਹੁਕਮ ਹੈ ਕਿ ਦੁਆ ਕਰੋ, ਅੱਬੇ ਵਾਸਤੇ ਵੀ ਕੁਰਾਨ 'ਚ ਹੁਕਮ ਹੈ ਕਿ ਦੁਆ ਕਰੋ। ਕਿਵੇਂ? ਯਾ ਅੱਲਾ ਜਿਵੇਂ ਬਚਪਨ ਵਿੱਚ ਮੇਰੇ ਦੋ ਵੀ ਰੱਬ ਆਏ, ਹਾਏ ਹਾਏ ਹਾਏ, ਇੱਥੇ ਮੈਂ ਰੱਬ 'ਤੇ ਗੁਫਤਗੂ ਕਰਾਂ ਤੇ ਟਾਈਮ ਮੁੱਕ ਜਾਣਾ, ਰੱਬ ਦੇ ਨੁਕਤੇ 'ਤੇ ਦੋ ਵੀ ਰੱਬ, ਰੱਬ ਤੇ ਅੱਲਾ, ਅੱਲਾ ਅੱਲਾ ਅੰਮਾ ਨੂੰ ਵੀ ਰੱਬ ਆਖਿਆ ਤੇ ਅੱਬੇ ਨੂੰ ਵੀ ਰੱਬ ਆਖਿਆ। ਕਿਬਲਾ ਸਾਹਿਬ ਆਖਿਆ, ਤੁਸਾਂ ਤਸਦੀਕ ਕਰਨੀ ਤਾਂ ਹੋ ਸਕਦਾ, ਯਕੀਨ ਕਰ ਲੈਣ ਤੇ ਚਲੋ ਸਾਡੇ ਮਹੱਲੇ ਦਾ ਮੌਲਵੀ ਉਹਨੂੰ ਵੀ ਪਤਾ ਲੱਗਦਾ। ਬੈ ਬਾਬਾ ਅੱਲਾ ਨੇ ਬਾਪ ਨੂੰ ਵੀ ਰੱਬ ਆਖਿਆ, ਅੱਲਾ ਨੇ ਮਾਂ ਨੂੰ ਵੀ ਰੱਬ ਆਖਿਆ, ਰੱਬ ਤੇ ਅੱਲਾ, ਸ਼ਿਰਕ ਨਹੀਂ ਹੋਇਆ? ਸ਼ਿਰਕ ਤੇ ਨਹੀਂ ਹੋਇਆ? ਅੱਲਾ ਫਰਮਾਉਂਦਾ ਨਹੀਂ। ਮੈਂ ਕਿਹਾ ਯਾ ਅੱਲਾ ਤੂੰ ਸ਼ੁਰੂ ਵਿੱਚ ਫਰਮਾ ਰਿਹਾ ਅਲਹਮਦੁਲਿਲਾਹਿ ਰੱਬਿਲ ਆਲਮੀਨ, ਤਮਾਮ ਤਾਰੀਫਾਂ ਉਸ ਅੱਲਾ ਦੀਆਂ ਨੇ ਜਿਹੜਾ ਆਲਮੀਨ ਦਾ ਰੱਬ ਹੈ, ਜਿਹੜਾ ਆਲਮੀਨ ਦਾ ਰੱਬ ਹੈ। ਯਾ ਅੱਲਾ ਤੂੰ ਵੀ ਰੱਬ ਹੈ ਤੇ ਅੱਬਾ ਵੀ ਰੱਬ ਹੈ, ਯਾ ਅੱਲਾ ਤੂੰ ਵੀ ਰੱਬ ਹੈ। ਜੇ ਕੁਰਾਨ ਨਾ ਹੋਵੇ ਤੇ ਮੈਂ ਬਾਬਾ ਜੀ ਲੱਖ ਰੁਪਇਆ ਜੁਰਮਾਨਾ ਦਿਆਂਗਾ। ਯਾ ਅੱਲਾ ਤੂੰ ਵੀ ਰੱਬ ਹੈ ਤੇ ਮਾਂ ਨੂੰ ਵੀ ਰੱਬ ਆਖਿਆ। ਅੱਲਾ ਨੇ ਫਰਮਾਇਆ ਇਹ ਤੇ ਦੱਸਣਾ ਚਾਹੁੰਦਾ ਵਾਂ ਰੱਬ ਰੱਬ ਵਿੱਚ ਫਰਕ ਹੈ, ਮੈਂ ਵਾਂ ਹਕੀਕੀ ਰੱਬ।
ਉਹ ਅਸੀਂ ਆਲੇ ਸੁਣਨਾ ਤਾਂ ਲੈ ਤੇ ਆਉਂਦੇ ਹਾਂ, ਸਾਡੀ ਸੁਣੋ ਤੇ ਸਹੀ, ਫਤਵੇ ਲਾਉਣ ਤੋਂ ਪਹਿਲਾਂ ਸਾਡੀ ਸੁਣੋ ਜੀ। ਨਬੀ ਪਾਕ ਨੂੰ ਅੱਲਾ ਨਾਲ ਮਿਲਾ ਛੱਡਿਆ ਜੇ, ਨਬੀ ਪਾਕ ਨੂੰ ਅੱਲਾ ਨਾਲ, ਉਹ ਬਾਬਿਆਂ ਨੂੰ ਅੱਲਾ ਨਾਲ ਮਿਲਾ ਛੱਡਿਆ ਜੇ, ਦਾਤਾ ਸਾਹਿਬ ਨੂੰ ਅੱਲਾ ਨਾਲ ਮਿਲਾ ਛੱਡਿਆ ਜੇ, ਦਾਤਾ ਤੇ ਅੱਲਾ, ਦਾਤਾ ਤੇ ਅੱਲਾ, ਗੌਸ ਤੇ ਅੱਲਾ, ਗੌਸ ਤੇ ਅੱਲਾ, ਮੋਇਨ ਤੇ ਅੱਲਾ। ਮੈਂ ਕਿਹਾ ਮੌਲਵੀ ਆਪਣੀ ਗੱਲ ਤੇ ਰਹਿ, ਤੂੰ ਆਨਾ ਜੇ ਦਾਤਾ ਸਾਹਿਬ ਨੂੰ ਦਾਤਾ ਆਖੀਏ ਤੇ ਸ਼ਿਰਕ ਹੁੰਦਾ। ਅੱਲਾ ਕੁਰਾਨ ਚ ਮਾਂ ਨੂੰ ਕਹਿ ਰਿਹਾ ਤੇਰਾ ਰੱਬ ਹੀ, ਅੱਲਾ ਕੁਰਾਨ ਚ ਬਾਪ ਨੂੰ ਕਹਿ ਰਿਹਾ ਤੇਰਾ ਰੱਬ, ਦੱਸਣਾ ਇਹ ਚਾਹੁੰਦਾ ਹਕੀਕੀ ਰੱਬ ਅੱਲਾ ਵੇ, ਤੇ ਜਿਹੜਾ ਮੈਂ ਰਿਜ਼ਕ ਦਿੱਤਾ ਉਹ ਤੁਹਾਨੂੰ ਖਵਾਉਣ ਵਾਲਾ ਤੁਹਾਡਾ ਅੱਪਾ ਤੇ ਤੁਹਾਡੀ ਅੰਮਾ ਹੈ। ਇਸੇ ਵਾਸਤੇ ਅੱਲ ਇਲਾਨ ਸੁਲਤਾਨੀ ਹਜ ਕਾਲਾ ਘੁੰਮਣਾ ਦੀ ਸਰਜ਼ਮੀਨ ਅੰਦਰ ਐਲਾਨ ਕਰ ਜੱਲਾ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਲੈ ਬੋਲੇ ਨੇ, ਮੀਆਂ ਸਾਹ ਫਰਮਾਉਂਦੇ ਨੇ ਸਦਾ ਨਾ ਬਾਗੀ ਹੋਏ ਭੁੱਲੇ ਭੁੱਲੇ ਬੋਲੇ, ਹੁਣ ਇੱਧਰ ਵੇਖਣਾ ਹੀ ਹੋਏ ਸਦਾ ਨਾ ਬਾਗੀ ਹੋਏ ਕਾਲਾ ਘੁੰਮਣਾ ਆਲੀਓ ਹੋਏ ਸਦਾ ਨਾ ਬਾਗੀ ਹੋਏ ਭੁੱਲੇ ਭੁੱਲੇ ਬੋਲੇ ਤੇ ਸਦਾ ਨਾ ਬਾਗੇ ਪਹਾੜਾ ਹੈ ਸਦਾ ਨਾ ਮਹਾਪੈ ਹੈ ਸਦਾ ਨਾ ਮਹਾਪੈ। ਅੱਜ ਮੋਸਣ ਬਾਈ ਤੇਰੇ ਰਿਸ਼ਤੇਦਾਰ ਵੀ ਆਏ ਨੇ, ਅੱਜ ਤੇਰੇ ਮੁਹੱਲੇਦਾਰ ਵੀ ਆਏ ਨੇ, ਅੱਜ ਬਾਪ ਵੇੜਾ ਛੱਡ ਗਿਆ ਏ, ਅੱਜ ਚਾਚੇ ਮਾਮੇ ਖਤਮ ਵਿੱਚ ਬੈਠੇ ਹੋਏ ਨੇ। ਹੱਲਾ ਦੀ ਕਸਮ ਸੁਲਤਾਨੀ ਦੇ ਜੁਮਲੇ ਸੁਣ ਜਾਇਆ ਰੇ, ਅੱਜ ਬਾਪ ਵੇੜਾ ਛੱਡ ਗਿਆ ਏ, ਅੱਜ ਬਾਪ ਘਰ ਛੱਡ ਗਿਆ ਏ, ਅੱਜ ਬਹਾਰਾਂ ਵੀ ਨਾਲ ਲੈ ਗਿਆ ਰੇ, ਹਾਜੀ ਰੌਣਕਾਂ ਵੀ ਨਾਲ ਲੈ ਗਿਆ ਏ। ਹੱਲਾ ਕੁਰਾਨ ਅੰਦਰ ਐਲਾਨ ਫਰਮਾ ਰਿਹਾ ਏ, ਰੱਬੀ ਰਹਿਮ ਹਮਾ ਕਮਾ ਰੱਬਾ ਯਾਨੀ ਸਗੀਰਾ। ਬਾਬਾ ਜੀ ਜ਼ਰਾ ਤਵੱਜੋ ਫਰਮਾਇਆ ਰੇ, ਅੱਜ ਸਾਰਾ ਕਾਲਾ ਘੁੰਮਣਾ ਆਇਆ ਏ, ਹਾਲਲ ਐਲਾਨ ਸੁਲਤਾਨੀ ਕਹਿ ਰਿਹਾ ਏ, ਹੈ ਕਦੀ ਪਿਓ ਨੂੰ ਝਿੜਕ ਨਾ ਮਾਰਿਆ ਰੇ, ਹੈ ਕਦੀ ਬਾਪ ਨੂੰ ਦਾਬਾ ਨਾ ਮਾਰਿਆ ਰੇ, ਕਦੀ ਬਾਪ ਨੂੰ ਉੱਚੀ ਨਾ ਬੋਲਿਆ ਰੇ, ਇਹਨਾਂ ਸਦਾ ਤੇਰੇ ਵਿਹੜੇ ਨਹੀਂ ਰਹਿਣਾ, ਮੈਨੂੰ ਮੋਸਨ ਸਾਹਿਬ ਵੀ ਮਾਣੇਦਾਰੀ ਨਾ ਦੱਸਿਆ ਰੇ, ਹੈ ਕਿਵੇਂ ਤੁਹਾਨੂੰ ਜਵਾਨ ਕਰ ਗਿਆ ਏ, ਹੈ ਕਿਵੇਂ ਤੇਰਾ ਮੱਥਾ ਚੁੰਮਦਾ ਆਉਣਾ ਏ, ਆਂਦਾ ਆਉਣਾ ਪੁੱਤਰਾ ਮੈਂ ਤੁਰ ਚੱਲਾ ਜੇ, ਸ਼ਹਿਜ਼ਾਦੀਓ ਮੈਂ ਜ਼ਿੰਦਗੀ 'ਚ ਕਮੀ ਨਹੀਂ ਆਉਣ ਦਿੱਤੀ, ਹੈ ਮੇਰੇ ਪੁੱਤਰੋ ਮੈਂ ਤੁਹਾਨੂੰ ਪਿੰਡ 'ਚ ਜ਼ਲੀਲ ਨਹੀਂ ਆਉਣ ਦਿੱਤਾ। ਬਾਬਾ ਜੀ ਬਾਪ ਸਾਰੀ ਜ਼ਿੰਦਗੀ ਮਿਹਨਤਾਂ ਕਰਦਾ ਏ, ਹੈ ਪੁੱਤਰ ਜੱਟ ਬਣਦੇ ਨੇ, ਹੈ ਪੁੱਤਰ ਚੌਧਰੀ ਬਣਦੇ ਨੇ, ਹਜੇ ਪਿਓ ਦੀ ਮਿਹਨਤ ਲੱਗੀ ਆ, ਹਜੇ ਦੁਨੀਆ ਤੈਨੂੰ ਯਾਦ ਕਰਦੀ ਆ, ਹਜੇ ਮਾਂ ਦੀਆਂ ਦੁਆਵਾਂ ਲੱਗੀਆਂ ਨੇ, ਮੌਸਣ ਤੇਰੇ ਬਾਬੇ ਰੋ ਪੈਣੇ, ਹੱਲਾ ਦੀ ਕਸਮ ਉਠਾ ਗਿਆ ਨਾ, ਹੈ ਆਪਣੇ ਅੱਬੂ ਦਾ ਦਿਲ ਨਾ ਦੁਖਾਇਆ ਰੇ, ਹੈ ਚਿੱਟੀਆਂ ਦਾੜੀਆਂ ਵਾਲੇ ਨੂੰ ਦੁਖੀ ਨਾ ਕਰਿਆ ਰੇ। ਹਲਲ ਐਲਾਨ ਸੁਲਤਾਨੀ ਕਹਿ ਰਿਹਾ ਏ, ਹੈ ਜਿਹਦੇ ਤੇ ਬਾਪ ਰਾਜ਼ੀ ਏ ਉਹਦੇ ਤੇ ਰੱਬ ਰਾਜ਼ੀ ਏ। ਸ਼ਰੀਫ ਨੌਰਾਨੀ ਸਾਹਿਬ ਮੈਂ ਬੜੇ ਬੜੇ ਯਤੀਮ ਰੁੱਲਦੇ ਵੇਖੇ ਨੇ, ਹੈ ਮੈਂ ਬੜੇ ਬੜੇ ਯਤੀਮ ਕਪੂਰੋਵਾਲ ਦੀਆਂ ਸੜਕਾਂ ਤੇ ਖੱਜਲ ਆਉਂਦੇ ਵੇਖੇ ਨੇ,
ਹਜ ਪਿਓ ਕੋਈ ਨਹੀਂ ਨੋ, ਹਜ ਸੀਨੇ ਲਾਣ ਵਾਲਾ ਕੋਈ ਨਹੀਂ, ਹਜ ਮੱਥਾ ਚੁੰਮਣ ਵਾਲਾ ਕੋਈ ਨਹੀਂ। ਹੇ ਜਦੋਂ ਤਿੰਨੇ ਵੀਰ ਆਪਣੇ ਪਿਓ ਦੀ ਮਈਅਤ ਨੂੰ ਚੁੱਕ ਕੇ ਜਾਂਦੇ ਆਉਣੇ ਨੇ, ਹਾਲੇ ਰੋਂਦੇ ਆਉਣੇ ਨੇ, ਹਾਲੇ ਆਉਂਦੇ ਆਉਣੇ ਨੇ, ਬਾਬਲਾ ਹਜੀ ਯਤੀਮ ਕਰ ਗਿਆ ਏ, ਹੇ ਬਾਬਲਾ ਹਜੀ ਰੌਣਕਾਂ ਮੁੱਕ ਗਈਆਂ ਨੇ। ਹੱਲਾ ਮੌਸਮ ਤੇਰੇ ਅਥਰੂ ਬਖਸ਼ਿਸ਼ ਫਰਮਾਵੇ, ਤੇਰੇ ਅੱਪੇ ਦਾ ਜ਼ਰੀਆ ਬਣ ਜਾਵੇ। ਹੇ ਰੋਂਦਾ ਹੋਵੇ ਜਿਹਨੂੰ ਪਿਓ ਨਾਲ ਪਿਆਰ ਹੋਏ, ਬਾਬਾ ਜੀ ਪੁੱਤਰ ਪਾਲਣੇ ਬੜੇ ਔਖੇ ਆਉਂਦੇ ਨੇ, ਔਲਾਦਾਂ ਪਾਲਣੀਆਂ ਬੜੀਆਂ ਔਖੀਆਂ ਆਉਂਦੀਆਂ ਨੇ, ਔਲਾਦਾਂ ਜਵਾਨ ਕਰਨੀਆਂ ਬੜੀਆਂ ਔਖੀਆਂ ਆਉਂਦੀਆਂ ਨੇ। ਹੇ ਲੱਖ ਸਲਾਮ ਹੋਵੇ ਉਸ ਪਿਓ ਨੂੰ, ਹੇ ਜਿਹਨੇ ਪੁੱਤਰ ਜਵਾਨ ਕੀਤੇ ਨੇ, ਜਿਹਨੇ ਔਲਾਦ ਜਵਾਨ ਕੀਤੀ ਹੈ, ਅੱਜ ਕੋਠੀਆਂ ਬਣਾਈਆਂ ਤੇ ਤੇਰੇ ਵਾਸਤੇ। ਬਾਬਾ ਜੀ ਜੁਮਲੇ ਸੁਣਿਆ ਜੇ, ਅੱਜ ਜ਼ਮੀਨਾਂ ਬਣਾਈਆਂ ਤੇ ਤੇਰੇ ਵਾਸਤੇ, ਅੱਜ ਸਾਰਾ ਕਾਲਾ ਘੁੰਮਣਾ ਬੈਠਾ ਹੋਇਆ ਏ। ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ, ਕਿਸ ਪਿਓ ਨੂੰ ਦਾਬੇ ਮਾਰੇ ਨੀ, ਕਿਸ ਬਾਪ ਨੂੰ ਛਿੜਕ ਮਾਰੀ ਆ, ਕਿਸ ਅੱਪੇ ਦੇ ਸਾਹਮਣੇ ਬੋਲਿਆ ਏ, ਇਹਦੀ ਚਿੱਟੀ ਦਾੜੀ ਹੋ ਗਈ ਆ, ਇਹ ਸਾਰੀ ਜ਼ਿੰਦਗੀ ਦੁਕਾਨਾਂ ਬਣਾਉਂਦਾ ਰਿਹਾ, ਇਹ ਸਾਰੀ ਜ਼ਿੰਦਗੀ ਹਵੇਲੀਆਂ, ਬਾਬਾ ਜੀ ਤਵੱਜੋ, ਇਹ ਸਾਰੀ ਜ਼ਿੰਦਗੀ ਜ਼ਮੀਨਾਂ ਬਣਾਉਂਦਾ ਰਿਹਾ। ਹਾਏ ਮੌਸਮ ਸਾਹ, ਇਹਨੇ ਜੋ ਬਣਾਇਆ ਤੁਹਾਡੇ ਵਾਸਤੇ ਬਣਾਇਆ ਏ, ਉਹਨੇ ਜੋ ਕਮਾਇਆ ਤੁਹਾਡੇ ਵਾਸਤੇ ਕਮਾਇਆ ਏ। ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ, ਹੇ ਆਪਣੇ ਅੱਪੇ ਦੀ ਇੱਜ਼ਤ ਕਰਿਆ ਰੇ, ਆਪਣੇ ਬਾਪ ਦੀ ਸੇਵਾ ਕਰਿਆ ਰੇ। ਤਾਂਹੀਓ ਤੇ ਸੁਲਤਾਨੀ ਕਹਿ ਰਿਹਾ ਏ, ਹੇ ਜਿੰਨੇ ਮਾਂ ਨੂੰ ਸਤਾਇਆ, ਹੁਣ ਮੇਰੇ ਵੱਲ ਵੇਖਣਾ ਹੀ ਜ਼ਰਾ ਨਜ਼ਰ ਚੁੱਕ ਗਏ, ਹੇ ਜਿੰਨੇ ਮਾਂ ਨੂੰ ਸਤਾਇਆ, ਹੇ ਦਿਲ ਪਿਓ ਦਾ ਦੁਖਾਇਆ, ਹੇ ਜਿੰਨੇ ਮਾਂ ਨੂੰ ਸਤਾਇਆ। ਮੈਂ ਵੇਖ ਰਿਹਾ ਬੰਦੇ ਬਸੰਤਪੁਰ ਤੋਂ ਵੀ ਆਏ ਨੇ, ਬੰਦੇ ਦੂਸਰੀਆਂ ਪਿੰਡਾਂ 'ਚੋਂ ਵੀ ਆਏ ਨੇ, ਹਜੇ ਇਸ ਨਿਕੰਮੇ ਦਾ ਪੈਗਾਮ ਲੈ ਜਾਈ, ਹਜੇ ਅੱਪਾ ਜ਼ਿੰਦਾ ਤੇ ਮਾਫ਼ੀ ਮੰਗ ਲੈ, ਹਜੇ ਅੱਪਾ ਜ਼ਿੰਦਾ ਤੇ ਪੈਰੀ ਪੈ ਜਾ। ਆਖੀ ਅੱਬੂ ਜੀ ਗਲਤੀ ਹੋ ਗਈ ਹੈ, ਅੱਬੂ ਜੀ ਮੈਨੂੰ ਮਾਫ਼ ਕਰਿਆ ਰੇ, ਕਦੀ ਬੀਵੀ ਦੇ ਪਿੱਛੇ ਲੱਗ ਗਏ, ਕਦੀ ਪਿਓ ਨੂੰ ਛਿੜਕ ਨਾ ਮਾਰੀ। ਅੱਜ ਸਾਰਾ ਮਜਮਾ ਰੋ ਰਿਹਾ ਜੁਮਲੇ ਸੁਣਿਆ ਰੇ, ਕਦੀ ਬੀਵੀ ਦੇ ਪਿੱਛੇ ਲੱਗ ਗਏ, ਕਦੀ ਮਾਂ ਨੂੰ ਛਿੜਕ ਨਾ ਮਾਰੀ। ਸਜਣਾ ਬੀਵੀਆਂ ਲੱਭ ਜਾਣੀਆਂ ਨੀ, ਸਜਣਾ ਮਾਂ ਫਿਰ ਨਹੀਂ ਆਉਣੀ, ਹੇ ਸਜਣਾ ਪਿਓ ਫਿਰ ਨਹੀਂ ਆਉਣੇ, ਇਹਨਾਂ ਤੇਰਾ ਬੇੜਾ ਛੱਡ ਜਾਣਾ ਏ, ਇਹਨਾਂ ਤੇਰਾ ਗੁਲਸ਼ਨ ਛੱਡ ਜਾਣਾ ਏ, ਇਹਨਾਂ ਤੇਰਾ ਬਾਗ ਬਹਾਰ ਛੱਡ ਜਾਣਾ ਏ। ਤਾਂਹੀਓ ਤੇ ਸੁਲਤਾਨੀ ਕਹਿ ਰਿਹਾ ਏ, ਹੇ ਜਿੰਨੇ ਮਾਂ ਨੂੰ ਸਤਾਇਆ, ਹੇ ਦਿਲ ਪਿਓ ਦਾ ਦੁਖਾਇਆ। ਹੇ ਅੱਲਾ ਦੀ ਕਸਮੇ ਕਿਉਂ ਪਿਆ ਰੋਣਾ ਏ, ਹੋਏ ਅੱਜ ਸਾਰੇ ਆਏ ਨੇ ਪਿਓ ਕੋਈ ਨਹੀਂ ਨਾ, ਅੱਜ ਚਾਚੇ ਵੀ ਤਸੱਲੀਆਂ ਦਿੰਦੇ ਆਉਣੇ ਨੇ। ਹੇ ਮੇਰਿਆ ਬੱਚਿਆ ਨਾ ਰੋ, ਆਂਦਾ ਆਉਣਾ ਚਾਚੂ ਜੀ ਕੀ ਕਰਾਂ, ਮੈਨੂੰ ਵੇੜੇ ਕੁਝ ਨਜ਼ਰ ਨਹੀਂ ਆਉਂਦਾ। ਹੋਏ ਅਸੀਂ ਬਾਹਰ ਆਉਂਦੇ ਸਾਂ, ਅੱਪੇ ਨੂੰ ਟੈਨਸ਼ਨ ਲੱਗ ਜਾਂਦੀ ਸੀ, ਹੋਏ ਮੇਰਾ ਬੱਚਾ ਨਹੀਂ ਆਇਆ, ਹੋਏ ਮੇਰਾ ਪੁੱਤਰ ਨਹੀਂ ਆਇਆ। ਹੋਏ ਸੱਜਣਾ ਟੈਨਸ਼ਨਾਂ ਪਿਓ ਲੈਂਦੇ ਨੇ, ਸੱਜਣਾ ਫਿਕਰਾਂ ਬਾਪ ਕਰਦੇ ਨੇ। ਹਲਲ ਇਲਾਨ ਸੁਲਤਾਨੀ ਤੇਰੇ ਮਜਮੇ ਨੂੰ ਪੈਗਾਮ ਦੇਣ ਲਗਾਏ, ਹੈ ਜਿੰਨੇ ਮਾਂ ਨੂੰ ਸਤਾਇਆ।
ਜੀ ਬਾਬਾ ਹੈ ਜਿੰਨੇ ਮਾਂ ਨੂੰ ਸਤਾਇਆ ਹੈ ਦਿਲ ਪਿਓ ਦਾ ਦੁਖਾਇਆ ਇਹਨਾਂ ਦੋਵਾਂ ਨੂੰ ਰੋਲਾਇਆ ਆਏ ਹਾਏ ਇਹਨਾਂ ਦੋਵਾਂ ਨੂੰ ਰੋਲਾਇਆ ਉਹਨੇ ਅਰਸ਼ ਲਾਇਆ ਨੂਰਾਨੀ ਸਾਹਿਬ ਇਹਨਾਂ ਦੋਵਾਂ ਨੂੰ ਰੋਲਾਇਆ ਉਹਨੇ ਅਰਸ਼ ਲਾਇਆ ਪਾੜੀ ਖੋਲ ਕੇ ਕੁਰਾਨ ਇੱਧਰ ਵੇਖਿਓ ਜੀ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਰੱਬੀ ਰਹਿਮ ਹੁਮਾ ਤਮਾ ਰੱਬਾ ਯਾਨੀ ਸਗੀਰਾ ਆਏ ਹਾਏ ਸੁਬਹਾਨ ਅੱਲਾਹ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਇੱਧਰ ਵੇਖਿਓ ਪਾੜੀ ਖੋਲ ਕੇ ਕੁਰਾਨ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ ਹਜੀ ਯਤੀਮ ਹੋ ਗਏ ਹੋਏ ਅੱਜ ਪਿਓ ਟੁਰ ਗਿਆ ਹਜ ਬਾਪ ਕਾਲਾ ਘੁੰਮਣਾ ਛੱਡ ਗਿਆ ਹਜ ਬਾਪ ਨੇ ਡੇਰੇ ਲਾ ਲੈ ਨੇ ਹਜ ਪੁੱਤਰ ਵੀ ਰੋ ਰਹੇ ਨੇ ਹਜ ਤੀਆਂ ਵੀ ਰੋਂਦੀਆਂ ਆਉਣੀਆਂ ਨੇ ਆਪਣੀਆਂ ਵੀਰਾਂ ਨੂੰ ਆਉਂਦੀਆਂ ਆਉਣੀਆਂ ਨੇ ਵੀਰੋ ਇੱਕ ਵਾਰੀ ਅੱਬੂ ਨੂੰ ਲੈ ਆਓ ਇੱਕ ਵਾਰੀ ਸਾਡਾ ਬਾਪ ਲੈ ਆਓ ਸਜਣਾ ਬੜੇ ਮਾਣ ਆਉਂਦੇ ਨੇ ਹੈ ਤੀਆਂ ਅੱਬੇ ਨਾਲ ਬੜਾ ਪਿਆਰ ਕਰਦੀਆਂ ਨੇ ਹੈ ਤੀਆਂ ਬਾਪ ਦੇ ਵਿਹੜੇ ਨਾਲ ਬੜਾ ਪਿਆਰ ਕਰਦੀਆਂ ਨੇ ਹੈ ਕਾਲਾ ਘੁੰਮਣਾ ਦੀ ਮਸਜਿਦ ਵਿੱਚ ਬਹਿਣ ਵਾਲਿਆਂ ਇਹਨਾਂ ਤੀਆਂ ਨੂੰ ਪੁੱਛਿਆ ਰਹਿ ਜਿਹੜੀ ਪਿਓ ਦੀ ਮੱਯਤ ਨੂੰ ਜੱਫੇ ਮਾਰ ਮਾਰ ਰੋਂਦੀ ਏ ਆਂਦੀ ਏ ਅੱਬੂ ਜੀ ਸਾਡੇ ਪੇਕੇ ਮੁੱਕ ਗਏ ਜੇ ਅੱਬੂ ਜੀ ਸਾਡੇ ਸਹਾਰੇ ਮੁੱਕ ਗਏ ਜੇ ਸ਼ਰੀਫ ਨੂਰਾਨੀ ਸਾਹਿਬ ਅੱਲਾ ਦੀ ਕਸਮ ਉਠਾ ਗਿਆ ਨਾ ਹੈ ਤੀਆਂ ਪਰੇਸ਼ਾਨ ਹੋਣ ਆਪਣੇ ਪਿਓ ਨੂੰ ਫੋਨ ਕਰਦੀਆਂ ਨੇ ਅੱਬੂ ਜੀ ਮੈਨੂੰ ਪਰੇਸ਼ਾਨੀ ਏ ਸੱਜਣਾ ਅੱਧੀ ਰਾਤ ਨੂੰ ਪਿਓ ਮੋਟਰਸਾਈਕਲ ਲੈ ਕੇ ਨੱਸ ਪੈਂਦੇ ਨੇ ਅੱਧੀ ਰਾਤ ਨੂੰ ਪਿਓ ਸਾਈਕਲਾਂ 'ਤੇ ਦੌੜਦੇ ਨੇ ਆਉਂਦੇ ਨੇ ਖਬਰਦਾਰ ਮੇਰੀ ਧੀ ਨਾਲ ਗੱਲ ਨਾ ਕਰਿਆ ਹੈ ਮੈਂ ਬੜੀਆਂ ਲਾਡਲੀਆਂ ਪਾਲੀਆਂ ਜੇ ਅਤੇ ਮੈਂ ਬੜੀਆਂ ਲਾਡਲੀਆਂ ਰੱਖੀਆਂ ਜੇ ਹੈ ਮੇਰੀ ਧੀ ਨੂੰ ਥੱਪੜ ਨਾ ਮਾਰਿਆ ਰੇ ਹੈ ਮੈਂ ਆਪਣੀ ਧੀ ਨੂੰ ਵਿਹੜੇ ਲੈ ਜਾਣਾ ਹੈ ਮੈਂ ਤੁਹਾਡੇ ਜ਼ਾਲਮਾਂ ਦੇ ਹੱਥ ਨਹੀਂ ਛੱਡ ਕੇ ਜਾਵਾਂ ਹੈ ਸੱਜਣਾ ਕਦੀ ਧੀ ਨੂੰ ਥੱਪੜ ਨਾ ਮਾਰਿਆ ਰੇ ਹੈ ਕਦੀ ਧੀ ਨੂੰ ਦਾਬਾ ਨਾ ਮਾਰਿਆ ਰੇ ਹੈ ਰੋਣ ਵਾਲਿਆ ਪਤਾ ਨਹੀਂ ਕਿਹੜੇ ਵਕਤ ਆਉਣੇ ਨੇ ਹੈ ਕਿਸੇ ਨੇ ਕਿਸਰਾ ਜ਼ਲੀਲ ਕਰਨਾ ਹੈ ਪਰ ਮੈਂ ਅਲਲ ਐਲਾਨ ਕਹਿ ਰਿਹਾ ਆਪਣੀ ਬੇਟੀ ਨੂੰ ਸੀਨੇ ਲਾ ਲਈ ਆਪਣੀ ਬੇਟੀ ਦੇ ਸਿਰ ਤੇ ਹੱਥ ਰੱਖ ਲਈ ਆਖੀ ਨੀਤੀ ਏ ਜਿੰਨਾ ਤੱਕ ਤੇਰਾ ਬਾਪ ਜ਼ਿੰਦਾ ਹੈ ਘੁੰਮਣ ਸਾਹਿਬ ਅੱਲਾ ਦੀ ਕਸਮ ਉਠਾ ਕੇ ਸੁਲਤਾਨੀ ਕਹਿ ਰਿਹਾ ਹੈ ਹੋਏ ਇਹਨਾਂ ਨੂੰ ਪੇਕਿਆਂ ਦੇ ਬੜੇ ਮਹਾਨ ਆਉਂਦੇ ਨੇ ਹੋਏ ਇਹਨਾਂ ਨੂੰ ਮਾਂ ਦੇ ਵਿਹੜੇ ਦੇ ਬੜੇ ਮਹਾਨ ਆਉਂਦੇ ਨੇ ਹੋਏ ਇਹਨਾਂ ਨੂੰ ਅੱਬੇ ਦੇ ਵਿਹੜੇ ਦੇ ਬੜੇ ਮਾਣ ਆਉਂਦੇ ਨੇ ਸੱਜਣਾ ਜੁਮਲੇ ਸੁਣਿਆ ਨੇ ਹਲਲ ਐਲਾਨ ਕਹਿ ਰਿਹਾ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਪਾੜੀ ਖੋਲ ਕੇ ਕੁਰਾਨ ਕਹਿੰਦਾ ਬਾਬਾ ਜੀ ਸੋਹਣਾ ਪੇ ਸੁਣਦੇ ਹੋ ਪਾੜੀ ਖੋਲ ਕੇ ਕੁਰਾਨ ਕਹਿੰਦਾ ਰੱਬ ਰਹਿਮਾਨ ਰੱਬਾ ਨਗ ਫਿਰਲੀ ਵਾਲੀ ਵਾਲੀ ਦਈਆ ਵਾਲੀ ਵਾਲੀ ਦਈਆ ਪਾੜੀ ਖੋਲ ਕੇ ਗੋਰਾਨ ਕਹਿੰਦਾ ਰੱਬ ਰਹਿਮਾਨ ਫਰਮਾਨ ਵਖਰਾ ਸ਼ਾਨ
ਸਭ ਦੀਏ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ। ਇੱਕ ਵਾਰੀ ਸੱਜਾ ਹੱਥ ਬੁਲੰਦ ਕਰਨਾ ਹੀ ਆਪਣੇ ਆਪੇ ਦੇ ਨਾਂ ਤੇ ਮਿਲ ਕੇ ਕਹਿਣਾ ਹੀ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ। ਨੂਰਾਨੀ ਸਾਹਿਬ ਸਾਰਾ ਕਾਲਾ ਘੁੰਮਣਾ ਆਖੇਗਾ ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ ਮਾਪਿਆਂ ਦਾ ਸ਼ਾਨ ਵੱਖਰਾ। ਸੁਣੋ ਯਾਰ ਸ਼ਾਨ ਸਭ ਦੀਏ ਯਾਰੋ ਆਪੋ ਆਪਣੇ ਤੇ ਮਾਪਿਆਂ ਦਾ ਸ਼ਾਨ ਵੱਖਰਾ। ਇੱਧਰ ਵੇਖੀ ਮਾਪਿਆਂ ਦਾ ਸ਼ਾਨ ਵੱਖਰਾ ਜਿੱਥੇ ਤੇਰਾ ਅੱਬਾ ਸੋਹਣਾ ਲੱਗਦਾ ਵੇ ਉੱਥੇ ਰਿਸ਼ਤੇਦਾਰ ਸੋਹਣਾ ਨਹੀਂ ਲੱਗਦਾ। ਜਿੱਥੇ ਤੇਰੀ ਮਾਂ ਸੋਹਣੀ ਲੱਗਦੀ ਆ ਘੁੰਮਣ ਸਾਹਿਬ ਉੱਥੇ ਚਾਚੇ ਤੇ ਤਾਏ ਸੋਹਣੇ ਨਹੀਂ ਲੱਗਦੇ। ਆਪਣੇ ਅੱਬੇ ਨੂੰ ਪ੍ਰੋਟੋਕੋਲ ਦਿਓ ਆਪਣੀ ਮਾਂ ਨੂੰ ਪ੍ਰੋਟੋਕੋਲ ਦਿਓ। ਆਪਣੇ ਅੱਬੇ ਦੇ ਕੱਪੜੇ ਚੰਗੇ ਰੱਖਿਆ ਜੇ ਆਪਣੇ ਅੱਬੇ ਦੀ ਜੁੱਤੀ ਚੰਗੀ ਰੱਖਿਆ ਜੇ ਤਵੱਜੋ ਜੀ ਆਪਣੇ ਬਾਪ ਦੀ ਪੱਗ ਚੰਗੀ ਰੱਖਿਆ ਜੇ। ਅੱਜ ਕਾਲਾ ਘੁੰਮਣਾ ਪਿਆ ਰੋਂਦਾ ਆਏ ਅੱਜ ਪੁੱਤਰ ਵੀ ਰੋ ਰਹੇ ਨੇ। ਮੇਰੇ ਨਬੀ ਨੇ ਫਰਮਾਇਆ ਸਾਹਾਬਾ ਜਿਹਦੇ ਤੇ ਵਾਲਦ ਰਾਜ਼ੀ ਏ ਆਏ ਹਾਏ ਜਿਹਦੇ ਤੇ ਬਾਪ ਰਾਜ਼ੀ ਏ ਉਹਦੇ ਤੇ ਰੱਬ ਰਾਜ਼ੀ ਏ। ਜਿਹਦੇ ਜੀ ਬਾਬਾ ਬੜਾ ਸੋਹਣਾ ਪਿਆ ਸੁਣਨਾ ਹੈ ਜਿਹਦੇ ਤੇ ਬਾਪ ਰਾਜ਼ੀ ਏ ਉਹਦੇ ਤੇ ਰੱਬ ਰਾਜ਼ੀ ਏ। ਅੱਜ ਬੀਵੀਆਂ ਰਾਜ਼ੀ ਕਰ ਲਈਆਂ ਨੀ ਅੱਜ ਸਹੁਰੇ ਰਾਜ਼ੀ ਕਰ ਲੈਣੀ ਅੱਜ ਸੱਸ ਰਾਜ਼ੀ ਕਰ ਲਈ ਆ ਅੱਜ ਸਾਲੇ ਰਾਜ਼ੀ ਕਰ ਲੈਣੀ ਅੱਜ ਸਕੀਆਂ ਭਰਾਵਾਂ ਨਾਲ ਤਲਕ ਤੋੜ ਲੈਣੇ। ਅੱਲਾ ਦੀ ਕਸਮ ਅਲਲ ਐਲਾਨ ਸੁਲਤਾਨੀ ਕਹਿ ਰਿਹਾ ਏ ਅੱਜ ਪਿਓ ਬੁਲਾਉਂਦਾ ਰਿਹਾ ਵੇ ਅੱਜ ਪੁੱਤਰ ਬੀਵੀ ਦੇ ਕਮਰੇ 'ਚੋਂ ਬੰਨੇ ਨਹੀਂ ਆਇਆ ਅੱਜ ਮਾਂ ਰੋਂਦੀ ਰਹੀ ਆ ਅੱਜ ਪੁੱਤਰ ਬੰਨੇ ਨਹੀਂ ਆਇਆ। ਇਹਨੇ ਅੱਬੇ ਦਾ ਹਾਲ ਨਹੀਂ ਪੁੱਛਿਆ ਇਹਨੇ ਅੰਮਾ ਦਾ ਹਾਲ ਨਹੀਂ ਪੁੱਛਿਆ ਇਹਨੇ ਇਹ ਨਹੀਂ ਆਖਿਆ ਅੱਬੂ ਜੀ ਕੀ ਚਾਹੀਦਾ ਏ ਅੱਬੂ ਜੀ ਬਿਮਾਰ ਦਵਾਈ ਲੈ ਕੇ ਆਵਾਂ। ਸਾਰੀ ਰਾਤ ਬਾਬਾ ਖੰਘਦਾ ਰਿਹਾ ਏ ਸਾਰੀ ਰਾਤ ਪਿਓ ਤੜਫਦਾ ਰਿਹਾ ਵੇ ਉਹਦਾ ਪੁੱਤਰ ਬੰਨੇ ਨਹੀਂ ਆਇਆ। ਅੱਲਾ ਦੀ ਕਸਮ ਏ ਰੋਣ ਵਾਲਿਆ ਉੱਥੇ ਪਿਓਵਾਂ ਦੇ ਮਾਣ ਮੁੱਕ ਜਾਂਦੇ ਨੇ ਉੱਥੇ ਮਾਵਾਂ ਦੇ ਮਾਣ ਮੁੱਕ ਜਾਂਦੇ ਨੇ। ਹਏ ਮਾਂ ਦੀ ਏ ਹੁਣੇ ਮੇਰਾ ਪੁੱਤਰ ਆਵੇਗਾ ਪਿਓ ਬੋਲ ਕੇ ਆਉਂਦਾ ਉਹਨੇ ਨਹੀਂ ਆਉਣਾ ਉਹਨੇ ਬੀਵੀ ਦੇ ਆਖੇ ਲੱਗਣਾ ਏ ਉਹਨੇ ਮਾਂ। ਇੱਧਰ ਵੇਖੀ ਯਾਰ ਉਹਨੇ ਬੀਵੀ ਦੇ ਆਖੇ ਲੱਗਣਾ ਏ ਉਹਨੇ ਮਾਂ ਦੇ ਆਖੇ ਲੱਗਣਾ ਏ ਉਹਨੇ ਪਿਓ ਦੇ ਆਖੇ ਨਹੀਂ ਲੱਗਣਾ। ਛਲੀਆ ਸਾਰੀ ਜ਼ਿੰਦਗੀ ਤੇਰੇ ਪਿੱਛੇ ਮਰਦਾ ਰਿਹਾ ਏ ਹਾਂ ਮੈਂ ਤੈਨੂੰ ਕਪੂਰੋ ਵਾਲੀ ਦੇ ਅੱਡੇ ਤੇ ਲੈ ਜਾਂਦਾ ਵਾਂ ਚਿੱਟੀਆਂ ਦਾੜੀਆਂ ਵਾਲੇ ਬਾਬੇ ਮੈਂ ਵਿਖਾਉਂਦਾ ਵਾਂ ਹਾਂ ਮੈਂ ਤੈਨੂੰ ਬਰਾਮ ਦੀ ਮੋੜ ਤੇ ਲੈ ਜਾਂਦਾ ਵਾਂ। ਨੂਰਾਨੀ ਸਾਹਿਬ ਜਦੋਂ ਸੁਬਾਹ ਦਾ ਵੇਲਾ ਆਉਂਦਾ ਏ ਸਾਹਮਣੇ ਤੁਸੀਂ ਦੁਕਾਨ ਤੇ ਬੈਠੇ ਆਉਂਦੇ ਹੋ ਫਿਰ 70-70 ਸਾਲ ਦੇ ਬਾਬੇ ਆਉਂਦੇ ਨੇ ਬਾਬਾ ਜੀ ਬੇਲਚਾ ਲੈ ਕੇ ਖਲੋਤੇ ਆਉਂਦੇ ਨੇ ਤੇ ਦੁਆਵਾਂ ਕਰਦੇ ਨੇ ਮੌਲਾ ਦਿਹਾੜੀ ਲੱਗ ਜਾਏ ਹੇ ਮੇਰੀਆਂ ਧੀਆਂ ਭੁੱਖੀਆਂ ਹੋਣੀਆਂ ਨੇ ਹੇ ਮੇਰੇ ਪੁੱਤਰ ਭੁੱਖੇ ਹੋਣੇ ਨੇ ਹੇ ਲੱਖਾਂ ਪਿਓ ਸਿਆਲਕੋਟ ਦੀਆਂ ਸੜਕਾਂ ਤੇ ਰੁੱਲ ਗਏ ਨੇ ਹੇ ਲੱਖਾਂ ਬਾਬੇ ਮਜ਼ਦੂਰੀ ਦੇ ਅੱਡੇ ਤੇ ਰੁੱਲ ਗਏ ਨੇ। ਬਾਬਾ ਜੀ ਤਰਲੇ ਪਾਉਂਦੇ ਨੇ ਆਂਦੇ ਨੇ ਮੈਨੂੰ 100 ਰੁਪਇਆ ਕੱਢ ਦੇ ਲੈ ਹੇ ਮੈਨੂੰ ਲੈ ਜਾ ਮੇਰੀ ਦਿਹਾੜੀ ਨਾ ਟੁੱਟੇ ਮੈਂ ਘਰ ਦਾ ਸਮਾਨ ਖੜਨਾ ਏ ਹੇ ਘੁੰਮਣ ਸਾਹਿਬ ਮੈਨੂੰ ਇਮਾਨਦਾਰੀ ਨਾ ਦੱਸਿਆ ਰੇ ਜਿਹਨੇ ਦੁਪਹਿਰ ਦੀ ਰੋਟੀ ਵੀ ਨਹੀਂ ਖਾਧੀ ਜਿਹਨੇ ਸ਼ਾਂ। ਇੱਧਰ ਵੇਖੀ
जिन्हें शाम की रोटी भी नहीं खाते। मोहसन साहब पैसे जमा करता रहा है, उन्हें बस का किराया नहीं दिता, उतू सवारी लेंदिया आ रहा है, कभी किसी मोटरसाइकिल से बह रहा है, कभी किसी को हाथ करा रहा है, उन्हें 150 रुपया किराया बचा लिया वे, उन्हें आके बच्चिया दिता है, किड़े मूह नल प्यो नल नहीं, किड़े मूह नल बाप न झिड़क मारी आओ, थायू दस्तानी तेरे मजमे न कह रहा है, पाड़े खोल के कौरान खेंदे रब रहमान, तवज्जो पाड़े खोल के कौरान खेंदे रब रहमान, फरमान वखरा ਖਾਣ ਸਭ ਦੀਏ ਯਾਰੋ ਆਪੋ ਆਪਣੀ ਤੇ ਮਾਪਿਆਂ ਦਾ ਇੱਕ ਵਾਰੀ ਗਵਾਈ ਦਿਓ, ਮਾਪਿਆਂ ਦਾ ਸ਼ਾਨ ਵੱਖਰਾ ਵੱਖਰਾ, ਉਹ ਸੁਣੋ ਕਪੂਰੂ ਵਾਲੀ ਆ ਲਿਓ, ਸੁਣੋ ਕਾਲਾ ਘੁੰਮਣਾ ਲਿਓ, ਹੈ ਬੀਵੀ ਪਿੱਛੇ ਆਉਂਦੀ ਆ ਪਿਓ ਅੱਗੇ ਆਉਂਦਾ, ਹੈ ਬੀਵੀ ਪਿੱਛੇ ਆਉਂਦੀ ਆ ਮਾਂ ਅੱਗੇ ਆਉਂਦੀ ਆ, ਅੱਜ ਮਾਂ ਪਿਓ ਛੱਡ ਕੇ ਨੱਸ ਗਿਆ ਏ, ਅੱਜ ਮਾਂ ਪਿਓ ਨੂੰ ਛੱਡ ਕੇ ਦੌੜ ਗਿਆ ਏ, ਸਾਡਾ ਲਾਮਾ ਸਾਹਿਬ ਬੀਵੀ ਰੱਖਾਂ ਜਾਂ ਅੱਬਾ ਰੱਖਾਂ, ਬੱਚੇ ਰੱਖਾਂ ਜਾਂ ਮਾਂ ਰੱਖਾਂ, ਹੋਏ ਮੈਂ ਖਿਆਲਾਂ ਦੀਆ ਕਿਸ ਮਾਂ ਨੂੰ ਦੁੱਖ ਦੇ ਕੇ ਛੱਡ ਗਿਆ ਏ, ਕਿਸ ਬਾਪ ਨੂੰ ਦੁਖੀ ਕਰਕੇ ਛੱਡ ਗਿਆ ਏ, ਇਹਨੇ ਮਸੀਤਾਂ ਵਿੱਚ ਜਾ ਕੇ ਦੁਆਵਾਂ ਕੀਤੀਆਂ ਨੇ, ਯਾ ਅੱਲਾ ਮੇਰੇ ਪਰਦੇਸੀ ਦੀ ਖੈਰ ਹੋਏ, ਯਾ ਅੱਲਾ ਮੇਰੇ ਪੁੱਤਰ ਦੀ ਖੈਰ ਹੋਏ, ਥਾਈਓ ਤੇ ਮੀਆਂ ਮੁਹੰਮਦ ਬਖਸ਼ ਬੋਲੇ ਨੇ, ਥਾਈਓ ਤੇ ਰੂਮੀ ਕਸ਼ਮੀਰ ਬੋਲਿਆ ਏ, ਮੀਆਂ ਸਾਹਿਬ ਫਰਮਾਉਂਦੇ ਨੇ ਬਾਪ ਮਰੇ ਸਿਰ ਨੰਗਾ ਹੋਵੇ, ਬਾਬਾ ਜੀ ਹੇ ਬਾਪ ਮਰੇ ਅੱਜ ਸਿਰ ਨੰਗੇ ਹੋ ਗਏ ਨੇ, ਅੱਜ ਪੁੱਤਰ ਸਾਹਮਣੇ ਬਹਿ ਕੇ ਪੇ ਰੋਂਦੇ ਨੇ, ਅੱਜ ਸਾਹਮਣੇ ਬਹਿ ਕੇ ਪੇ ਤੜਫਦੇ ਨੇ, ਹੇ ਬਾਪ ਮਰੇ ਸਿਰ ਨੰਗਾ ਹੋਵੇ, ਹੱਥਾਂ ਵੀਰ ਮਰੇ ਕੰਢ ਖਾਲੀ, ਹੱਲਾ ਦੀ ਕਸਮ ਏ ਜੁਮਲੇ ਸੁਣਿਆ ਨੇ, ਹੈ ਸਾਰਾ ਤੇਰਾ ਮਜਮਾ ਪਿਆ ਰੋਂਦਾ ਏ, ਹੈ ਚਿੱਠੀਆਂ ਦਾੜੀਆਂ ਆਲੇ ਅਥਰੋ ਪੇ ਵਗਾਉਂਦੇ ਨੇ, ਹੈ ਬਾਪ ਮਰੇ ਤੇ ਸਿਰ ਨੰਗਾ ਹੋਵੇ, ਹੱਥਾਂ ਵੀਰ ਮਰੇ ਕਰ ਖਾਲੀ, ਹੈ ਮਾਮਾ ਬਾਜੇ ਨੂਰਾਨੀ ਸਾਹਿਬ, ਮਾਮਾ ਬਾਜੇ ਹੈ ਮਾਮਾ ਬਾਜੇ, ਮੁਹੰਮਦ ਬਖਸ਼ਾ ਤੇ ਕੌਣ ਕਰੇ ਰਖਵਾਲੇ, ਰੱਬੇ ਕਾਬਾ ਦੀ ਇੱਜ਼ਤ ਦੀ ਕਸਮ, ਕਾਲਾ ਘੁੰਮਣਾ ਵਿੱਚ ਬਹਿਣ ਵਾਲਿਆ, ਸਾਰੀ ਦੁਨੀਆ ਦੀ ਦੌਲਤ ਨੂੰ ਮਿਲ ਜਾਏ ਅਗਰ ਤੇਰੇ ਵਿਹੜੇ ਮਾਂ ਪਿਓ ਨਹੀਂ ਨਾ, ਇਹ ਲਿਖ ਲਓ ਜੁਮਲੇ ਮੇਰੇ ਆਪਣੇ ਦਿਲ ਦੀ ਤਖਤੀ 'ਤੇ, ਜੇ ਮੇਰੀ ਗੱਲ ਮਾੜੀ ਹੋਈ ਤਾਂ ਉੱਠ ਕੇ ਟੁਰ ਜਾਈ, ਤੈਨੂੰ ਸਾਰੀ ਦੁਨੀਆ ਦੀ ਦੌਲਤ ਮਿਲ ਜਾਏ, ਤੈਨੂੰ ਸਾਰੇ ਕਪੂਰੋ ਵਾਲੀ ਦੀਆਂ ਫਰੈਂਡ ਦੀਆਂ ਦੁਕਾਨਾਂ ਮਿਲ ਜਾਣ, ਗੱਡੀਆਂ ਤੇਰੇ ਕੋਲ, ਮੋਬਾਈਲ ਤੇਰੇ ਕੋਲ, ਜਾਇਦਾਦ ਤੇਰੇ ਕੋਲ, ਕਿਬਲਾ ਜੇ ਤੇਰੇ ਕੋਲ ਪਿਓ ਨਹੀਂ ਨਾ ਤੇ ਤੈਨੂੰ ਸਕੂਨ ਨਹੀਂ ਆ ਸਕਦਾ, ਜੇ ਤੇਰੇ ਕੋਲ ਮਾਂ ਨਹੀਂ ਨਾ ਤੈਨੂੰ ਸਕੂਨ ਹੈ, ਬੋਲੋ ਸਕੂਨ ਹੈ, ਅੱਜ ਇਹ ਛੋਟੇ ਛੋਟੇ ਮੁੰਡੇ ਨਾ ਸ਼ਾਦੀ ਸ਼ੁਦਾ ਹੋ ਜਾਣ ਕਿਬਲਾ ਗੱਲਾਂ ਕਰਦੇ ਨੇ, ਸਾਡਾ ਆਪਾ ਬੜੀ ਜ਼ਿਆਦਾ ਕਰਦਾ ਜੀ, ਇਹ ਗੱਲ ਸੁਣਿਓ
ਸਾਡਾ ਆਪਾਂ ਬੜੀ ਜ਼ਿਆਦਾ। ਅਗਲੇ ਦਿਨ ਮੈਨੂੰ ਇੱਕ ਬੰਦੇ ਦਾ ਫੋਨ ਆਇਆ, ਕਹਿੰਦਾ ਜੀ ਮੈਂ ਤੁਹਾਡੀ ਤਕਰੀਰ ਸੁਣੀ ਅੱਬੇ ਦੀ ਸ਼ਾਨ, ਅਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦਾ। ਇਹ ਸੁਣਿਓ ਗੱਲ ਜੀ। ਮੈਂ ਕਿਹਾ ਕੀ? ਕਹਿੰਦਾ ਮੇਰੇ ਅੱਬੇ ਨੇ ਮੇਰੇ ਨਾਲ ਬੜੀ ਜ਼ਿਆਦਾ ਕੀਤੀ। ਇਹ ਗੱਲ ਸੁਣਿਓ, ਇੰਨਾ ਮਜਮਾ ਲੱਗਿਆ ਮਤ ਕਿਸੇ ਦੇ ਦਿਲ 'ਤੇ ਮੌਸਮ ਕਿਸੇ ਦਿਲ 'ਤੇ ਗੱਲ ਅਸਰ ਕਰ ਜਾਏ, ਤੇਰੇ ਅੱਬੇ ਦੀ ਬਖਸ਼ਿਸ਼ ਦਾ ਸਮਾਨ ਬਣ ਜਾਏ। ਮੈਂ ਕਿਹਾ ਅੱਬੇ ਨੇ ਕੀ ਜ਼ਿਆਦਾ ਕੀਤੀ ਹੈ? ਇਹਦਾ ਤਵੱਜੋ ਕਰਿਓ। ਕਹਿੰਦਾ ਅੱਬੇ ਨੇ ਇਹ ਜ਼ਿਆਦਾ ਕੀਤੀ ਹੈ ਕਿ ਅੱਬੇ ਨੇ ਮੈਨੂੰ ਹਿੱਸਾ ਥੋੜ੍ਹਾ ਦਿੱਤਾ ਅਤੇ ਦੂਸਰਿਆਂ ਭਰਾਵਾਂ ਨੂੰ ਜ਼ਿਆਦਾ ਦਿੱਤਾ। ਆਵਾਜ਼ ਦੀ ਸਮਝ ਆ ਰਹੀ ਹੈ ਨਾ ਜੀ? ਇਹ ਬਾਹਰ ਵਾਲੇ ਅੰਦਰ ਵਾਲੇ ਕੋਈ ਗੱਲ ਲੈ ਜਾਓ ਯਾਰ, ਮੇਰਾ ਵੀ ਭਲਾ ਹੋਵੇ ਤੁਹਾਡਾ ਵੀ ਹੋਵੇ। ਮੇਰੇ ਅੱਬੇ ਨੇ ਮੇਰੇ ਨਾਲ ਜ਼ਿਆਦਾ ਕੀਤੀ, ਅਸੀਂ ਚਾਰ ਭਰਾਵਾਂ ਅਤੇ ਤਿੰਨਾਂ ਨੂੰ ਜਗ੍ਹਾ ਜ਼ਿਆਦਾ ਦਿੱਤੀ ਹੈ, ਅਤੇ ਮੈਨੂੰ ਕੀ ਕੀਤਾ? ਮੈਨੂੰ ਕੀ ਕੀਤਾ? ਜਗ੍ਹਾ ਥੋੜ੍ਹੀ ਦਿੱਤੀ ਹੈ। ਮੈਂ ਕਿਹਾ ਠੀਕ ਹੈ, ਇੱਧਰ ਤਵੱਜੋ ਕਰਿਓ। ਮੈਂ ਉਸ ਬੰਦੇ ਨੂੰ ਪੁੱਛਿਆ, ਮੈਂ ਕਿਹਾ ਤੈਨੂੰ ਕਿੰਨੀ ਜਗ੍ਹਾ ਮਿਲੀ? ਆਂਦਾ ਮੈਨੂੰ ਚਾਰ ਕਨਾਲਾਂ ਮਿਲੀ ਹੈ ਅਤੇ ਦੂਸਰਿਆਂ ਨੂੰ ਜਿਹੜਾ ਨਾ ਛੇ ਛੇ ਕਨਾਲਾਂ ਮਿਲੀ ਹੈ। ਇਹ ਸਾਰਾ ਮਜਮਾ ਬੈਠਾ ਯਾਰ, ਗੱਲ ਸਮਝੋ। ਮੈਂ ਉਸ ਮੁੰਡੇ ਨੂੰ ਫੋਨ 'ਚ ਨਾ ਨੂਰਾਨੀ ਸਾਹਿਬ ਕਿਬਲਾ ਸਾਹਿਬ, ਮੈਂ ਉਹਨੂੰ ਕਿਹਾ, ਮੈਂ ਕਿਹਾ ਜਿਹੜੀ ਤੈਨੂੰ ਚਾਰ ਕਨਾਲਾਂ ਦਿੱਤੀ ਹੈ ਤੇਰੇ ਅੱਬੇ ਨੇ, ਉਹ ਤੂੰ ਖਰੀਦੀ ਸੀ ਜਾਂ ਅੱਬੇ ਨੇ ਖਰੀਦੀ ਸੀ? ਬੋਲੋ ਜਿਹਨੂੰ ਸਮਝ ਆਈ ਉਹ ਬੋਲੇ, ਜਿਹੜਾ ਵੈਸੇ ਹੀ ਬੈਠਾ ਉਹਦੇ ਨਾਲ ਗੱਲ ਨਹੀਂ, ਜਿਹੜਾ ਕੋਈ ਸੁਣਨ ਆਇਆ ਉਹਦੇ ਨਾਲ ਗੱਲ। ਜਿਹੜੀ ਚਾਰ ਕਨਾਲਾਂ ਜੋ ਤੈਨੂੰ ਰਜਿਸਟਰੀ ਕਰਕੇ ਤੈਨੂੰ ਦਿੱਤੀ ਸੀ, ਤੇਰੇ ਨਾਂ ਲਵਾਈ ਸੂ, ਇੰਤਕਾਲ ਕਰਵਾਇਆ ਸੂ, ਇਹ ਤੂੰ ਖਰੀਦੀ ਸੀ ਅੱਬੇ ਨੇ ਖਰੀਦੀ ਸੀ? ਇਹ ਤਵੱਜੋ ਫਰਮਾਇਓ। ਮੈਂ ਗੱਲ ਮੁਕੰਮਲ ਕਰਨੀ ਹੈ ਅਤੇ ਮੈਂ ਛੱਡਣਾ, ਜਿਹੜਾ ਮੇਰਾ ਟਾਈਮ ਹੈ 45 ਮਿੰਟ ਤੇ ਮੈਂ ਤਕਰੀਰ ਛੱਡ ਦੇਣੀ। ਜੁਮਲੇ ਸੁਣਿਓ ਬਾਬਾ ਜੀ। ਮੈਨੂੰ ਫੋਨ 'ਤੇ ਕਹਿਣ ਲੱਗਾ, ਨਹੀਂ ਜੀ ਉਦੋਂ ਤਾਂ ਅਸੀਂ ਛੋਟੇ ਛੋਟੇ ਸਾਂ ਜਦੋਂ ਅੱਬੇ ਲਈ ਸੀ। ਹੈ ਬਾਬਾ ਜੀ, ਇਹ ਕਿਬਲਾ ਕਸਮ ਖੁਦਾ ਦੀ, ਅਸੀਂ ਭੇਜਾਂਦੇ ਹਾਂ, ਤੁਸੀਂ ਭੇਜਾਂਦੇ ਹੋ ਅਤੇ ਆਪਣੇ ਵਾਸਤੇ ਭੇਜਾਂਦੇ ਔਲਾਦ ਵਾਸਤੇ। ਇਹ ਜਿੰਨੇ ਤੁਸੀਂ ਬੈਠੇ ਹੋ, ਅਗਰ ਕੋਈ ਸਾਊਦੀਆ ਛੱਡ ਕੇ ਜਾਂਦਾ ਪਿਆ ਮਾਂ ਪਿਓ ਭੈਣਾਂ ਭਰਾ, ਤਾਂ ਕਿਹਦੇ ਵਾਸਤੇ? ਉਹ ਬੋਲੋ ਯਾਰ, ਔਲਾਦ ਵਾਸਤੇ। ਉਹ ਇਕੱਲਾ ਬੰਦਾ ਹੋਵੇ, ਉਹਨੇ ਦੋ ਰੋਟੀਆਂ ਖਾਣੀਆਂ ਨੇ, ਉਹ ਕਿਸੇ ਦੇ ਬੂਹੇ 'ਤੇ ਵੀ ਜਾ ਕੇ ਖਾ ਲਏਗਾ। ਔਲਾਦ ਦੀ ਫਿਕਰ ਬੰਦੇ ਨੂੰ ਰੋਲਦੀ ਹੈ, ਔਲਾਦ ਦੀ ਟੈਨਸ਼ਨ ਪਿਓ ਨੂੰ ਬੁੱਢਾ ਕਰਦੀ ਜੇ। ਐਵੇਂ ਪਿਓ ਬੁੱਢੇ ਨਹੀਂ ਹੁੰਦੇ। ਲੋਕ ਆਉਂਦੇ ਨੇ ਚਾਚਾ ਤੇਰੀ ਹੋਈ 45 ਸਾਲ ਉਮਰ ਹੋ ਗਈ, ਦਾੜੀ ਤੇਰੀ ਚਿੱਟੀ ਹੋ ਗਈ, ਸਿਰ ਦੇ ਵਾਲ ਤੇਰੇ ਚਿੱਟੇ ਹੁੰਦੇ। ਹੁਣ ਉਹ ਇਹ ਤਾਂ ਨਹੀਂ ਨਾ ਦੱਸ ਸਕਦਾ ਵੀ ਮੇਰੇ ਪੁੱਤਰਾਂ ਨੇ ਮੈਨੂੰ ਬੜਾ ਸਤਾਇਆ। ਹੈਂ, ਉਹ ਗਿਲਾ ਤਾਂ ਨਹੀਂ ਕਰ ਸਕਦਾ, ਉਹ ਕਿਸੇ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦਾ। ਉਹ ਆਂਦਾ ਯਾਰ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਜੀ ਵਾਲ ਚਿੱਟੇ ਹੋ ਜਾਂਦੇ ਨੇ, ਉਹ ਫਿਰ ਵੀ ਪੜਦਾ ਪਾ ਛੱਡਦੇ ਆ, ਉਹ ਫਿਰ ਵੀ ਬੱਚਿਆਂ 'ਤੇ ਪੜਦਾ, ਉਹ ਸ਼ਿਕਵਾ ਨਹੀਂ ਕਰਦਾ, ਸ਼ਿਕਾਇਤ ਨਹੀਂ ਕਰਦਾ। ਆਂਦਾ ਮੇਰੇ ਅੱਬੇ ਨੇ ਮੈਨੂੰ ਚਾਰ ਕਨਾਲਾਂ ਦਿੱਤੀ, ਦੂਸਰਿਆਂ ਨੂੰ ਕਿੰਨੀ ਦਿੱਤੀ ਹੈ? 6 ਕਨਾਲਾਂ। ਸੁਣ ਓਏ, ਜਿਹੜਾ ਜ਼ਮੀਨ ਪਿੱਛੇ ਪਿਓ ਦੇ ਗਿਰੇਬਾਨ ਤੋਂ ਪੈ ਗਿਆ, ਮੈਂ ਤੈਨੂੰ ਕਚਹਿਰੀ ਲੈ ਜਾਂਦਾ, ਮੈਂ ਤੈਨੂੰ ਐਸੇ ਪੁੱਤਰ ਵਿਖਾਉਂਦਾ ਜਿਹੜੇ ਪਿਓਵਾਂ ਦੇ ਮੁਕੱਦਮੇ ਕੀਤੇ ਨੇ। ਕੀਤੇ ਨੇ ਕਿ ਨਹੀਂ ਕੀਤੇ? ਮੈਂ ਝੂਠ ਤਾਂ ਨਹੀਂ ਬੋਲਦਾ ਪਿਆ, ਤੁਹਾਡਾ ਤਾਂ ਸ਼ੋਭਾ ਹੀ ਹੈ। ਪੁੱਤਰ ਨੇ ਮੁਕੱਦਮਾ ਕੀਤਾ ਵੀ ਅੱਬਾ ਮੈਨੂੰ ਹਿੱਸਾ ਨਹੀਂ ਪਿਆ ਦਿੰਦਾ, ਅਤੇ ਬੰਦਾ 2 ਲਿੱਤਰ ਮਾਰ ਕੇ ਇਹਨੂੰ ਪੁੱਛੇ ਵੀ ਜਿਹੜਾ ਤੂੰ ਹਿੱਸਾ ਮੰਗਣਾ ਪਿਆ, ਤੂੰ ਹਿੱਸਾ ਪਾਇਆ ਕਿੰਨਾ ਵਿੱਚ? ਉਹ ਬੋਲੋ ਤਾਂ ਸਹੀ ਯਾਰ, ਹਿੱਸਾ ਪਾਇਆ ਕਿ ਨਹੀਂ? ਜੇ ਤਾਂ ਹਿੱਸਾ ਤੂੰ ਪਾਇਆ ਹੁੰਦਾ ਤਾਂ ਤੂੰ ਆਂਦਾ, ਫਿਰ ਵੀ ਸ਼ਰੀਅਤ ਕਹਿੰਦੀ ਹੈ, ਇੱਧਰ ਮੇਰੇ ਵੱਲ ਤਵੱਜੋ ਕਰੋ, ਅਲਾਮਾ ਸਾਹਿਬ ਬੈਠੇ ਨੇ, ਸ਼ਰੀਅਤ ਕਹਿੰਦੀ ਹੈ ਬਾਪ ਤੈਨੂੰ 1 ਸਰਸਾਈ ਵੀ ਨਾ ਦੇਵੇ। ਕਿਬਲਾ, ਬਾਪ ਤੈਨੂੰ 1 ਸਰਸਾਈ ਵੀ ਨਾ ਦੇਵੇ। ਤੇਰਾ ਹੱਕ ਨਹੀਂ ਬਣਦਾ ਕਿ ਤੂੰ ਅੱਬੇ ਦੇ ਗਿਰੇ ਬਾਂਧ ਪੈ ਜਾਈਂ, ਅੱਬਾ ਮੇਰਾ ਹਿੱਸਾ ਦੇ, ਤੇਰਾ ਹਿੱਸਾ ਕਾਹਦਾ, ਤੇਰਾ ਹਿੱਸਾ। ਆਂਦਾ 4 ਕਨਾਲਾਂ ਮੈਨੂੰ ਲੱਭੀਆਂ ਨੇ। ਮੈਂ ਕਿਹਾ ਚੱਲਿਆ, ਫ੍ਰੀ 'ਚ ਲੱਭ ਗਈਆਂ ਨਹੀਂ ਹੋਰ ਕੀ ਚਾਹੀਦਾ? ਉਹ ਫ੍ਰੀ 'ਚ ਲੱਭ ਗਿਆ ਜੀ, ਹੋਰ ਕੀ ਚਾਹੀਦਾ ਜੀ? ਜ਼ਮੀਨ ਦੇਵੇ ਤੇ ਫਿਰ ਅੱਬਾ, ਜੇ ਦੁਕਾਨ ਦੇ ਛੱਡੇ ਤੇ ਫਿਰ ਅੱਬਾ, ਤੇ ਕਿਬਲਾ ਜੇ ਕੁਝ ਨਾ ਦੇਵੇ ਤੇ ਫਿਰ ਅੱਬੇ ਦੇ ਖਤਮ ਤੇ ਵੀ ਨਾ ਬੰਦਾ ਪਵੇ। ਮੈਂ ਤੁਹਾਨੂੰ ਸਿਆਲਕੋਟ ਲੈ ਜਾਂਦਾ, ਐਸੇ ਪਿੰਡ ਅਸੀਂ ਜਾਂਦੇ ਰਹਿੰਦੇ ਹਾਂ ਨਾ, ਅੱਬੇ ਦੇ ਖਤਮ ਤੇ ਨਹੀਂ ਮੁੰਡੇ ਬੈਠੇ, ਕਿਉਂ? ਇਹ ਨਹੀਂ ਸਾਡੇ ਅੱਬਾ ਜ਼ਿਆਦਾ ਕਰ ਗਿਆ। ਉਹ ਮੈਂ ਕਿਹਾ ਜ਼ਿਆਦਾ ਕਰ ਗਿਆ ਤਾਂ ਉਹਨੇ ਆਪਣਾ ਜਵਾਬ ਦੇਣਾ, ਤੁਸੀਂ ਤੇ ਆਪਣੀ ਕਬਰ ਜਨਮ ਨਾ ਬਣਾਓ।
ਬਾਬਾ ਜੀ ਮੇਰਾ ਵੇਖੋ ਮੇਰਾ ਕੰਮ ਕੀ ਹੈ, ਜ਼ਰਾ ਤਵੱਜੋ ਕਰਿਓ ਮੇਰੇ ਵਾਲੀ ਯਾਰ, ਮੈਂ ਗੱਲ ਸਮਝਾਉਣਾ ਚਾਹੁੰਦਾ, ਮੈਂ ਨਹੀਂ ਵੀ ਪੈਸੇ ਲੈ ਕੇ ਤੁਰ ਜਾਂ ਅਤੇ ਸਮਝ ਕੋਈ ਨਾ ਆਵੇ, ਗੱਲ ਸਮਝੋ। ਮੇਰਾ ਕੰਮ ਹੈ ਨਾ ਮੈਨੂੰ ਬੁਲਾਇਆ ਜੀ ਤਕਰੀਰ ਕਰੋ, ਮੇਰਾ ਕੀ ਕੰਮ ਹੈ ਤਕਰੀਰ ਕਰਨਾ, ਕੀ ਕੰਮ ਹੈ ਬੋਲੋ ਯਾਰ ਕੀ ਕੰਮ ਹੈ। ਅਤੇ ਜੇ ਮੈਂ ਦੇਗਾਂ ਦੇ ਉੱਤੇ ਖਲੋਈਆਂ ਜਾ ਕੇ, ਜ਼ਰਾ ਮਿਸਾਲ ਦੇ ਰਿਹਾ ਗੱਲ ਨੂੰ ਸਮਝੋ ਯਾਰ, ਜੇ ਮੈਂ ਟੈਂਟ ਸਰਵਿਸ ਵਾਲਿਆਂ ਦੇ ਕੋਲ ਜਾ ਕੇ ਆਖਾਂ ਤੰਬੂ ਇੰਝ ਲਾਓ ਕਨਾਤਾ ਇੰਝ ਲਾਓ, ਮੈਨੂੰ ਘਰ ਵਾਲੇ ਆਖਣਾ ਕਿਬਲਾ ਤੁਹਾਡਾ ਡਿਊਟੀ ਇਹ ਨਹੀਂ, ਤੁਹਾਡੀ ਡਿਊਟੀ ਹੈ ਤਕਰੀਰ ਕਰਨੀ, ਬਿਆਨ ਕਰਨਾ, ਤਵੱਜੋ ਕਰੋ, ਤੁਹਾਡੀ ਡਿਊਟੀ ਹੈ ਬਿਆਨ ਕਰਨਾ। ਜੇ ਮੈਂ ਆਪਣੀ ਨੌਕਰੀ ਛੱਡ ਕੇ ਕੋਈ ਹੋਰ ਡਿਊਟੀ ਕਰਾਂ ਤਾਂ ਬੰਦਾ ਚੰਗਾ ਲੱਗਦਾ, ਚੰਗਾ ਲੱਗਦਾ। ਪਿਓ ਨੇ ਤੈਨੂੰ ਹਿੱਸਾ ਦਿੱਤਾ ਅਤੇ ਭਾਵੇਂ ਨਹੀਂ ਦਿੱਤਾ, ਇਹ ਵੇ ਅਲੱਗ ਮਸਲਾ, ਤੇਰਾ ਕੰਮ ਹੈ ਉਹਦੀ ਇੱਜ਼ਤ ਕਰਨਾ। ਮੈਂ ਤਸਦੀਕ ਕਰਵਾਉਣਾ ਪਿਆ, ਬਾਬਾ ਜੀ ਔਲਾਦ ਆ ਕੇ ਤੂੰ ਖਿਦਮਤ ਕਰ, ਤੇਰਾ ਪਿਓ ਤੇਰੇ ਨਾਲ ਜ਼ਿਆਦੀ ਵੀ ਕਰਦਾ ਫਿਰ ਵੀ ਖਿਦਮਤ ਕਰ, ਫਿਰ ਵੀ ਸੇਵਾ ਕਰ। ਇੱਕ ਆਖਣ ਲੱਗਾ ਮੈਨੂੰ ਅੱਬਾ ਗਾਲਾਂ ਬੜੀਆਂ ਕੱਢਦਾ, ਮੈਂ ਕਿਹਾ ਛੋਟੇ ਹੁੰਦਿਆਂ ਤੂੰ ਵੀ ਅੱਬੇ ਨੂੰ ਬੜੀਆਂ ਕੱਢੀਆਂ ਨੇ, ਬਾਬਾ ਜੀ ਤੂੰ ਵੀ ਪਿਓ ਨੂੰ ਬੜਾ ਸਤਾਇਆ। ਜੇ ਅੱਜ ਬਾਬਾ ਕੋਈ ਸਖ਼ਤ ਗੱਲ ਕਰ ਛੱਡਦਾ, ਵੈਸੇ ਗਾਲਾਂ ਕੱਢਣੀਆਂ ਤਾਂ ਨਹੀਂ ਚਾਹੀਦੀਆਂ, ਬਜ਼ੁਰਗਾਂ ਨੂੰ ਵੀ ਚਾਹੀਦਾ ਕਿ ਜ਼ਰਾ ਖਿਆਲ ਕਰਨ, ਕਿਉਂਕਿ ਔਲਾਦ ਹੈ ਅਤੇ ਔਲਾਦ ਨੇ ਇੰਝ ਜ਼ਲੀਲ ਯਾਰ। ਇੱਕ ਇੱਕ ਤਸਵੀਰ ਦਾ ਇਹ ਰੁੱਖ ਤਾਂ ਨਹੀਂ ਨਾ ਮੈਂ ਪੜ੍ਹਨਾ, ਦੋ ਵੀ ਦੱਸਣੇ ਨੇ। ਬਾਪ ਨੂੰ ਵੀ ਚਾਹੀਦਾ ਕਿ ਜਿੰਨਾ ਜਿੰਨਾ ਹੱਕ ਬਣਦਾ ਆਪਣੇ ਪੁੱਤਰਾਂ ਦੇ, ਨਾ ਕਰ ਛੜੇ ਲੜਾਈ ਨਾ ਪਵੇ ਝਗੜਾ। ਇਹ ਤੁਸੀਂ ਰੋਜ਼ਾਨਾ ਨਹੀਂ ਖਬਰਾਂ ਸੁਣਦੇ ਭਰਾ ਨੇ ਭਰਾ ਨੂੰ ਫੈਰ ਮਾਰ ਛੱਡਿਆ, ਇਹ ਪਿੱਛੇ ਖਬਰ ਚੱਲੀ ਹੈ ਨੂਰਾਨੀ ਸਾਹਿਬ ਸੱਕੇ ਪੁੱਤਰ ਨੇ ਪਿਓ ਨੂੰ ਫੈਰ ਮਾਰ ਛੱਡਿਆ, ਸੱਕੇ ਪੁੱਤਰ ਨੇ, ਕਿਸ ਵਾਸਤੇ? ਜੇ ਉਹਨੂੰ ਪਤਾ ਹੁੰਦਾ ਵੀ ਜ਼ਮੀਨ ਅੱਗੇ ਨਹੀਂ ਪਿਓ ਅੱਗੇ ਵੇ, ਤੇ ਫਿਰ ਉਹ ਕਦੀ ਵੀ ਫੈਰ, ਉਹਨੂੰ ਦੱਸਿਆ ਹੀ ਇਹ ਗਿਆ ਸੀ ਜ਼ਮੀਨ ਲੈ ਲੈ ਅਮੈਰੀਕਾ ਟੁਰ ਜਾਈ ਫਲਾਣੀ ਜਗ੍ਹਾ ਤੇ ਟੁਰ ਜਾਈ, ਚੱਲਿਆ ਜਿੱਥੇ ਮਰਜ਼ੀ ਟੁਰ ਜਾ ਆਪੇ ਨੂੰ ਜ਼ਲੀਲ ਕਰਕੇ, ਸਕੂਨ ਤੈਨੂੰ ਆਉਣਾ, ਸਕੂਨ ਤੈਨੂੰ ਆਉਣਾ, ਸਕੂਨ ਉਦੋਂ ਹੀ ਆਉਣਾ ਜਦੋਂ ਤੇਰੇ ਤੇ ਬਾਪ ਰਾਜ਼ੀ ਹੈ, ਸਕੂਨ ਉਦੋਂ ਹੀ ਆਉਣਾ ਜਦੋਂ ਤੇਰੇ ਤੇ ਮਾਂ ਰਾਜ਼ੀ ਹੈ। ਥਾਈਓ ਤੇ ਬਾਬਾ ਜੀ ਆ ਲਾਲ ਐਲਾਨ, ਰੂਮੀਏ ਕਸ਼ਮੀਰ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਲੈਣ ਕਲਮ ਉਠਾਈਏ, ਮੀਆਂ ਸਾਹਿਬ ਆਂਦੇ ਨੇ ਵੀਰ ਵੀ ਰਹਾਂ ਦੇ ਹੈਦਰ, ਮੈਂ ਨੇੜੇ ਲੈ ਗਿਆ ਤਕਰੀਰ ਸਮਝਿਓ, ਹੈ ਵੀਰ ਵੀ ਰਹਾਂ ਦੇ ਹੈਦਰ, ਇੱਧਰ ਵੇਖੀ ਵੀਰ ਵੀਰਾਂ ਦੀਆਂ ਪਾਵਾਂ, ਹੈ ਬਾਪ ਸਿਰਾਂ ਦੇ ਹੈ ਤਾਜ ਮੁਹੰਮਦ, ਹੈ ਮਾਵਾਂ ਠੰਡੀਆਂ ਛਾਵਾਂ। ਹਾਜੀ ਆਪਾਂ ਜ਼ਿੰਦਾ ਏ, ਹਾਜੀ ਬੀਵੀ ਨੂੰ ਕਹਿ ਮੇਰੇ ਅੱਬੇ ਨਾਲ ਗੱਲਾਂ ਨਾ ਕਰੀ, ਭਾਜੀ ਉੱਥੇ ਰੱਖ ਛੱਡੋ, ਪੰਜ ਦਸ ਮਿੰਟ ਰੱਖ ਛੱਡੋ ਉੱਥੇ, ਦੋ ਮਿੰਟਾਂ ਦਾ ਕੰਮ ਹੈ, ਤੁਸੀਂ ਫਰੂਟ ਲੈ ਆਉਣਾ ਸਿਰਫ ਯਾਰ, ਗੱਲ ਜ਼ਾਇਆ ਨਾ ਹੋਵੇ, ਇੱਥੇ ਇੱਕ ਸਾਈਡ 'ਤੇ ਰੱਖ ਛੱਡੋ, ਅਤੇ ਜਦੋਂ ਤਕਰੀਰ ਮੁੱਕਣ ਤੋਂ ਪਹਿਲਾਂ ਤੁਹਾਨੂੰ ਕਹਾਂਗੇ ਤੁਸੀਂ ਫਿਰ ਲਿਆ ਕੇ ਇੱਥੇ ਰੱਖ ਛੱਡਿਓ, ਮਕਸਦ ਫਰੂਟ ਤਾਂ ਨਹੀਂ ਨਾ, ਮਕਸਦ ਗੱਲ ਹੈ। ਅਤੇ ਜੇ ਗੱਲ ਕਿਸੇ ਦੇ ਪੱਲੇ ਨਾ ਪਈ ਤਾਂ ਫਿਰ ਖਤਮ ਦਾ ਵੀ ਫਾਇਦਾ, ਫਿਰ ਮੇਰੇ ਆਉਣ ਦਾ ਵੀ ਫਾਇਦਾ। ਬਾਬਾ ਜੀ ਬਾਪ ਦੀ ਖਿਦਮਤ ਕਰ, ਆਖਰੀ ਗੱਲ ਕਰਨ ਲੱਗਾ, ਬਾਪ ਦੀ ਸੇਵਾ ਕਰ, ਤੇਰੀ ਬੀਵੀ ਤੈਨੂੰ ਲੱਖ ਵਾਰੀ ਵੀ ਆਖੇ ਨਾ ਤੇ ਰੱਬਾ ਨਹੀਂ ਚੰਗਾ, ਜ਼ਰਾ ਸਮਝਿਓ ਬਾਬਿਓ, ਇਹ ਚਿੱਟੀਆਂ ਦਾੜੀਆਂ ਵਾਲੇ ਮੇਰੇ ਸਿਰ ਦੇ ਤਾਜ ਨੂਰਾਨੀ ਸਾਹਿਬ, ਬੀਵੀ ਦਸ ਵਾਰੀ ਵੀ ਆਖੇ ਆ, ਲੱਖ ਵਾਰੀ ਵੀ ਆਖੇ ਆ,
ਅੱਜ ਮੈਂ ਤੁਹਾਨੂੰ ਦੱਸਾਂ ਇੱਕ ਗੱਲ, ਮੈਂਬਰ 'ਤੇ ਬੈਠਾ, ਇਹ ਵੀਡੀਓ ਬਣ ਰਹੀ ਹੈ, ਪੂਰੀ ਦੁਨੀਆ 'ਤੇ ਪੈਗਾਮ ਦੇ ਦਾਂ। ਜਿਹੜੀ ਵੀ ਕਿਸੇ ਦੀ ਧੀ ਵਿਆਹ ਕੇ ਕਿਤਲੇ ਜਾਂਦੀ ਹੈ ਨਾ, ਸੌਵਾਂ 'ਚੋਂ 99 ਐਸੀਆਂ ਉਹ ਹੁੰਦੀਆਂ ਨੇ ਜਿਹੜਾਂ ਦੀਆਂ ਜਾਂਦਿਆਂ ਹੀ ਦਿਲ ਦੀ ਤਮੰਨਾ ਹੁੰਦੀ ਹੈ ਮੈਂ ਬੰਦਾ ਲਵਾਂ ਅਤੇ ਵੱਖਰੀ ਹੋ ਜਾਵਾਂ। ਉਹ ਝੂਠ ਤਾਂ ਨਹੀਂ ਬੋਲਿਆ, 100 'ਚੋਂ 99 ਹੁਣ ਜ਼ਹਿਨ ਹੀ ਐਸਾ ਬਣਾਇਆ ਜਾਂਦਾ ਨਾ, ਮਾਂ ਪੜ੍ਹਾਉਂਦੀ ਹੈ ਇੰਜ ਕਰੀ ਤਾਂ ਫਿਰ ਵੱਖਰਾ ਕਰਨਗੀ। ਮੈਂ ਕਿਹੜੀਆਂ ਗੱਲਾਂ, ਕਿਹੜਾ ਦੁੱਖ ਤੇਰੇ ਸਾਹਮਣੇ ਰੱਖਾਂ। ਬਾਬਾ ਜੀ ਜਿਹਨੇ 30 ਸਾਲ ਪੁੱਤਰ ਨੂੰ ਕੋਲ ਰੱਖਿਆ ਅਤੇ ਅੱਜ ਸਾਲ ਆਈਏ ਹੋਇਆ ਅਤੇ ਉਹ ਆਪਣੇ ਬੰਦੇ ਨੂੰ ਲੈ ਕੇ ਤਾਂ ਵੱਖਰੀ ਹੋ ਜਾਏ, ਮਾਂ ਪਾਗਲ ਨਹੀਂ ਹੋ ਜਾਂਦੀ, ਪਿਓ ਪਾਗਲ ਨਹੀਂ ਹੋ ਜਾਂਦਾ। ਔਰ ਇੱਕ ਗੱਲ ਦੱਸਾਂ, ਤੇਰਾ ਪਿਓ ਦਾ ਐਡਾ ਵੱਡਾ ਦਿਲ ਹੁੰਦਾ ਹੀ, ਅੱਬਾ ਫਿਰ ਵੀ ਨਹੀਂ ਘਬਰਾਉਂਦਾ। ਅੱਬਾ ਆਂਦਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇਹਨੂੰ ਜਾਣਦੇ ਸੂ। ਮਾਂ ਆਂਦੀ ਹੈ ਨਹੀਂ ਮੇਰਾ ਪੁੱਤਰ, ਉਹ ਆਂਦਾ ਕੋਈ ਗੱਲ ਨਹੀਂ, ਅਸੀਂ ਰੁਲਣ ਨਹੀਂ ਲੱਗੇ, ਅਸੀਂ ਕਿਸੇ ਅੱਗੇ ਤਲੀ ਨਹੀਂ ਕਰਾਂਗੇ, ਅਸੀਂ ਜ਼ਲੀਲ ਨਹੀਂ ਹੋਵਾਂਗੇ, ਇਹਨੂੰ ਜਾਣਦੇ। ਜ਼ਲੀਲ ਹਮੇਸ਼ਾ ਪੁੱਤਰ ਆਉਂਦੇ ਨੇ, ਕਦੀ ਪਿਓ ਜ਼ਲੀਲ, ਕਦੀ ਮਾਵਾਂ ਜ਼ਲੀਲ ਨਹੀਂ ਆਉਂਦੀਆਂ। ਜੀ ਕਾਲਾ ਗੁਮਨਾ ਦੀ ਜਾਮਿਆ ਮਸਜਿਦ 'ਚ ਬਹਿ ਗਏ, ਮੋਸਣ ਬਾਈ ਤੇਰੇ ਅੱਬੂ ਦੇ ਖਤਮ ਦੇ ਬਹਿ ਕੇ ਸੁਲਤਾਨੀ ਕਹਿ ਰਿਹਾ, ਸਾਰੇ ਪੁੱਤਰ ਰੋ ਰੋ ਕੇ ਕਹਿ ਰਹੇ ਨੇ, ਆ ਜਾ ਸ਼ਮੇ ਦਿਵਾਲੀਆ, ਇੱਧਰ ਵੇਖਣਾ ਹੀ, ਆ ਜਾ ਸ਼ਮੇ ਦਿਵਾਲੀਆ, ਬੂਟੇ ਹੋਦਾ ਸਨੇ ਆਏ ਹਾਏ, ਆ ਜਾ ਸ਼ਮੇ ਦਿਵਾਲੀਆ, ਬੂਟੇ ਹੋਦਾ ਸਨੇ, ਜਿਸ ਦਿਨ ਦਾ ਟੁਰ ਗਿਆ ਗਲੀਆਂ ਉਦਾਸ ਨੇ। ਨੌਰਾਨੀ ਸਾਹਿਬ ਇੱਕ ਦਿਨ ਮਾਰੀ ਜਾਣਾ ਏ, ਇੱਕ ਦਿਨ ਟੁਰੀ ਜਾਣਾ ਏ, ਰੋ ਰੋ ਕੇ ਹੋਈਆਂ ਨੇ, ਆ ਜਾ ਛਮਣ ਦਿਵਾਲੀਆ, ਟੁੱਟ ਉਦਾਸ ਨੇ। ਹੇ ਦੀਆਂ ਪੁੱਤਰ ਬੂਟੇ ਆਉਂਦੇ ਨੇ, ਹੈ ਪੁੱਤਰ ਬਾਗ ਦੇ ਬੂਟੇ ਆਉਂਦੇ ਨੇ, ਹੈ ਪੁੱਤਰ ਮਹਾ ਬਾਬਾ ਜੀ ਦੀਆਂ ਵੀ ਬੂਟੇ ਦਰਖਤ ਆਉਂਦੀਆਂ ਨੇ। ਤਸਵਰ ਕਰਿਆ ਜੇ ਸ਼ਹਿਰ ਨੇ ਬੜੀ ਵੱਡੀ ਗੱਲ ਕੀਤੀ ਹੈ, ਰੋ ਕੇ ਕਹਿ ਰਿਹਾ ਆ ਜਾ ਸ਼ਮੇ ਦਿਵਾਲੀਆ, ਕੋਟੇ ਹੁੰਦਾ। ਇੱਕ ਉਹ ਪਿਆ ਰੋਂਦਾ ਪਿੱਛੇ ਬਹਿ ਗਏ, ਇੱਕ ਸਾਹਮਣੇ ਬਹਿ ਕੇ ਰੋ ਰਿਹਾ ਏ, ਹੋਏ ਸਾਰੇ ਨਹੀਂ ਰੋਂਦੇ, ਜਿਨ੍ਹਾਂ ਦਾ ਪਿਓ ਗਿਆ ਪੇ ਰੋਂਦੇ ਨੇ, ਜਿਨ੍ਹਾਂ ਦੇ ਸਿਰ ਤੂੰ ਸਹਾਰਾ ਗਿਆ ਪੇ ਰੋਂਦੇ ਨੇ, ਜਿਨ੍ਹਾਂ ਦੀ ਖਾਸ਼ ਤੁਰ ਗਈ ਹੈ ਰੋ ਰਹੇ ਨੇ, ਜਿਨ੍ਹਾਂ ਦੀ ਉਮੀਦਾਂ ਮੁੱਕ ਗਈਆਂ ਨੇ, ਅੱਜ ਮਸਜਿਦੇ ਗੌਸੀਆ ਵਿੱਚ ਬਹਿ ਗਏ, ਰੋ ਰੋ ਕੇ ਕਹਿ ਰਹੇ ਨੇ ਆ ਜਾ ਸ਼ਮੇ ਦਿਵਾਲੀਆ, ਬੂਟੇ ਉਦਾਸ ਨੇ। ਅੱਬੂ ਜੀ ਆ ਜਾਓ ਇੱਕ ਵਾਰੀ, ਖਾਬ ਜੀ ਆ ਜਾਓ ਇੱਕ ਵਾਰੀ, ਮੌਸਮ ਦੇ ਛੋਟੇ ਨੂੰ ਸੀਨੇ ਲਾ ਲਓ ਇੱਕ ਵਾਰੀ, ਪਿਆਰੀ ਕਰ ਜਾਓ ਅੱਬੂ ਜੀ, ਅੱਜ ਤੁਹਾਡੀ ਮੰਜੀ ਵੇਖ ਕੇ ਰੋਂਦੇ ਹਾਂ ਅੱਬੂ ਜੀ, ਅੱਜ ਤੁਹਾਡੇ ਕੱਪੜੇ ਵੇਖ ਵੇਖ ਰੋਂਦੇ ਹਾਂ, ਅਸੀਂ ਆਨਿਆ ਚਾਚੂ ਜੀ ਬੜਾ ਔਖਾ ਸਾਨੂੰ ਪਾਲਿਆ ਸੀ, ਤਾਇਆ ਜੀ ਸਾਡੀ ਅੱਬੂ ਨੇ ਬੜੀਆਂ ਮਿਹਨਤਾਂ ਕੀਤੀਆਂ, ਸਾਡੇ ਬਾਪ ਨੇ ਬੜੀਆਂ ਮੁਸ਼ਕਤਾਂ ਕੀਤੀਆਂ ਨੇ, ਰੋ ਰੋ ਕੇ ਕਹਿ ਰਹੇ ਨੇ ਆ ਜਾ ਸ਼ਮੇ ਦਿਵਾ।
ਟੁੱਟੇ ਉਦਾਸ ਨੇ ਜਿਸ ਦੇਂਦਾ ਟੁਰ ਗਿਆ ਗਲੀਆਂ ਉਦਾਸ ਨੇ ਜਿਸ ਦੇਂਦਾ ਟੁਰ ਗਿਆ ਗਲੀਆਂ ਉਦਾਸ। ਦੋ ਮਿੰਟ ਰਹਿ ਕੇ ਜੁਮਲੇ ਸੁਣੋ ਜੀ। ਸਾਰੀ ਤਕਰੀਰ ਦਾ ਨਿਚੋੜ, ਸਾਰੇ ਬਿਆਨ ਦਾ ਨਿਚੋੜ ਕੀ ਨਿਕਲਿਆ ਜੀ? ਬਾਪ ਦੀ ਖਿਦਮਤ, ਬਾਪ ਦੀ, ਬਾਪ ਦੀ, ਬਾਪ ਦੀ, ਬਾਪ ਦੀ ਖਿਦਮਤ, ਬਾਪ ਦੀ ਸੇਵਾ। ਤੈਨੂੰ ਜਿਹੜਾ ਮਰਜ਼ੀ ਵੀ ਆਖਿਆ ਤੇਰੇ ਅੱਬੇ ਦੇ ਖਿਲਾਫ, ਤੂੰ ਕਦੀ ਪਿਓ ਦੇ ਖਿਲਾਫ ਨਹੀਂ ਚੱਲਣਾ। ਆਖਣਾ ਅੱਬਾ ਜੀ ਅਸੀਂ ਤੁਹਾਡੇ ਨਾਲ ਹਾਂ, ਜਿੱਥੇ ਆਖੋਗੇ ਖਲੋਵਾਂਗੇ ਜੀ। ਬਾਬਾ ਜੀ ਜੀ ਕਸਮ ਖੁਦਾ ਦੀ ਸੋਹਣੀ ਗੱਲ ਕੀਤੀ ਜੀ। ਬਾਬਾ ਫਰਮਾ ਰਿਹਾ ਅੱਬਾ ਨਾਲ ਹੋਵੇ ਤੇ ਰੌਣਕਾਂ ਵੱਧ ਜਾਂਦੀਆਂ ਨੇ, ਅੱਬਾ ਨਾਲ ਹੋਵੇ ਤੇ ਰੌਣਕਾਂ। ਨੂਰਾਨੀ ਸਾਹਿਬ ਇਹ ਤੁਹਾਡਾ ਕਪੂਰ ਵਾਲੀ ਨਾ, ਉਹ ਅੱਗੇ ਜਾ ਕੇ ਮੈਰਿਜ ਹਾਲ, ਉੱਥੇ ਪੁੱਤਰ ਦੀ ਸ਼ਾਦੀ ਸੀ ਤੇ ਉਹਨਾਂ ਵਲੀਮੇ ਤੇ ਨਾ ਮੈਨੂੰ ਬੁਲਾਇਆ। ਹੁਣ ਸਮਝੋ ਗੱਲ, ਹੁਣ ਸ਼ਾਦੀ ਖੁਸ਼ੀ ਦਾ ਦਿਨ ਹੁੰਦਾ ਨਾ ਜੀ, ਪੂਰੀ ਤਕਰੀਰ 'ਚ ਦੁੱਲਾ ਰੋਂਦਾ ਰਿਹਾ ਪੂਰੀ ਤਕਰੀਰ 'ਚ, ਉਹ ਵੀਡੀਓ ਯੂਟਿਊਬ 'ਤੇ ਮੌਜੂਦ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਤਕਰੀਰ ਤੋਂ ਬਾਅਦ ਮੈਂ ਕਿਹਾ ਯਾਰ ਤੂੰ ਕਿਉਂ ਰੋਣਾ ਪਿਆ, ਲੋਕ ਤਾਂ ਖੁਸ਼ ਹੁੰਦੇ ਨੇ, ਮੇਰਾ ਵਿਆਹ ਹੈ, ਮੇਰੀ ਸ਼ਾਦੀ ਹੈ, ਲੋਕ ਖੁਸ਼ ਹੁੰਦੇ ਨੇ। ਕਹਿੰਦਾ ਕਾਰੀ ਸਾਹਿਬ ਅੱਲਾਹ ਦੀ ਕਸਮ ਹੈ, ਮੇਰੇ ਅੰਦਰੋਂ ਮੈਨੂੰ ਪਿਓ ਨਹੀਂ ਭੁੱਲਦਾ। ਅੱਜ ਆ ਮੇਰੇ ਨਾਲ ਜਗ੍ਹਾ ਖਾਲੀ ਹੈ ਨਾ, ਮੇਰਿਆਂ ਚਾਚਿਆਂ ਸਾਡੀ ਮੁਖਾਲਫਤ ਕੀਤੀ ਹੈ। ਅੱਜ ਪਿਓ ਹੁੰਦਾ ਨਾ ਤਾਂ ਥਾਪੜਾ ਮਾਰ ਕੇ ਆਉਂਦਾ, ਪੁੱਤਰ ਟੁਰੋ ਮੈਂ ਤੁਹਾਡੇ ਨਾਲ ਹਾਂ। ਪਿਓ ਜ਼ਿੰਦਾ ਹੋਵੇ ਤਾਂ ਚਾਚੇ ਵੀ ਡਰਦੇ ਨੇ, ਇਹ ਮੇਰੀ ਗੱਲ ਸੁਣ ਲਓ, ਲੈ ਜਾਓ। ਬਾਪ ਜ਼ਿੰਦਾ ਹੋਵੇ ਤਾਂ ਚਟਾਏ ਵੀ ਡਰਦੇ ਨੇ, ਭਰਾ ਵੀ ਯਾਰ ਗੱਲ ਨਹੀਂ ਕਰਨੀ, ਅਤੇ ਜਦੋਂ ਯਤੀਮ ਹੋ ਜਾਣ ਫਿਰ ਅਗਲੇ ਠੋਕਰ ਮਾਰਦੇ ਨੇ, ਚਪੇੜ ਮਾਰਦੇ ਨੇ, ਚੱਲੋ ਬਾਹਰ ਹੋ, ਚੱਲੋ ਸਾਡੀ ਹਵੇਲੀ 'ਚੋਂ। ਬੇਵਾ ਔਰਤ ਬੱਚੇ ਲੈ ਕੇ ਜ਼ਲੀਲ ਹੋ ਜਾਂਦੀ ਹੈ। ਸੱਜਣਾ ਪਿਓ ਦੀ ਕਦਰ ਕਰ, ਬਾਪ ਦੀ ਕਦਰ ਕਰ, ਤੇਰਾ ਬਾਪ ਤੈਨੂੰ ਲੱਖ ਵਾਰੀ ਵੀ ਦਾਬਾ ਮਾਰਿਆ, ਆਪਣਾ ਸਿਰ ਝੁਕਾ ਲੈ ਥੱਲੇ, ਆਖ ਅੱਬਾ ਜੀ ਮੈਨੂੰ ਜੁੱਤੀਆਂ ਮਾਰੋ, ਅੱਬਾ ਜੀ ਮੈਨੂੰ ਥੱਪੜ ਮਾਰੋ, ਮੈਂ ਤੁਹਾਡਾ ਨੌਕਰ ਹਾਂ। ਬਾਬਾ ਜੀ ਮੈਨੂੰ ਇਮਾਨਦਾਰੀ ਨਾਲ ਦੱਸੋ, ਸਾਰੇ ਬੈਠੇ ਹੋ, ਉਹ ਯਾਰ ਉਸਤਾਦ ਥੱਪੜ ਮਾਰ ਲਵੇ ਸ਼ਗਿਰਦ ਨੂੰ, ਅਤੇ ਸ਼ਗਿਰਦ ਦਾ ਕੰਮ ਬਣਦਾ ਕਿ ਉਸਤਾਦ ਦੇ ਗਲਮੀ ਪੈ ਜਾਏ? ਉੱਚੀ ਬੋਲੋ, ਸ਼ਗਿਰਦ ਦਾ ਕੰਮ ਬਣਦਾ ਕਿ ਉਸਤਾਦ ਨੂੰ ਆਖੇ ਉਸਤਾਦ ਤੇਰੀ ਐਸੀ ਦੀ ਤੈਸੀ ਤੂੰ ਮੈਨੂੰ ਥੱਪੜ ਮਾਰਿਆ? ਅਤੇ ਜਿਹੜੇ ਸ਼ਗਿਰਦ, ਆਖਰੀ ਨੁਕਤੇ ਜੇ ਸੁਣੋ ਕਰੋੜਾਂ ਦੀ ਗੱਲ, ਜਿਹੜਾ ਸ਼ਗਿਰਦ ਉਸਤਾਦ ਦਾ ਨਾ ਫਰਮਾਨ ਹੋਵੇ ਉਹ ਕਾਮਯਾਬ ਕੰਮ ਵਿੱਚ ਹੋ ਸਕਦਾ ਨਹੀਂ, ਅਤੇ ਜਿਹੜਾ ਪੁੱਤਰ ਪਿਓ ਦਾ ਨਾ ਫਰਮਾਨ ਹੋਵੇ ਉਹ ਦੁਨੀਆਂ 'ਚ ਕਾਮਯਾਬ ਹੋ ਸਕਦਾ, ਉਹ ਦੁਨੀਆਂ 'ਚ ਕਾਮਯਾਬ ਹੋ ਸਕਦਾ? ਬੋਲੋ ਯਾਰ ਉੱਚੀ, ਹੋ ਸਕਦਾ? ਮੈਨੂੰ ਪੂਰੇ ਕਪੂਰੋ ਵਾਲੀ 'ਚ ਵਿਖਾਓ, ਮੈਨੂੰ ਪੂਰੇ ਕਾਲਾ ਘੁੰਮਣਾ 'ਚ ਵਿਖਾ, ਇੱਕ ਬੰਦਾ ਵਿਖਾ ਪੂਰੇ ਮਜਮੇ 'ਚੋਂ ਜਿਹੜਾ ਮੈਂ ਅੱਬੇ ਦੀ ਨਾ ਫਰਮਾਨੀ ਕੀਤੀ ਹੈ, ਮੈਂ ਬੜਾ ਖੁਸ਼ ਹਾਂ, ਕਸਮ ਖੁਦਾ ਦੀ ਮੈਂ ਨੀਵੀਂ ਜਗ੍ਹਾ 'ਤੇ ਬਹਿ ਜਾਵਾਂਗਾ। ਨਹੀਂ, ਕੁਰਾਨ ਕਹਿ ਰਿਹਾ ਉਫਿਮ ਵਲਾ ਤਨ ਹਰ ਹੁਮਾ ਵਕੁੱਲਾ ਹੁਮਾ ਕਉਲਨ ਕਰੀਮਾ, ਫਰਮਾਇਆ ਇਹਨਾਂ ਦੇ ਸਾਹਮਣੇ ਉਫ ਵੀ ਨਾ ਕਰੀ। ਕੀ ਆਖਿਆ ਇਹਨਾਂ ਦੇ ਸਾਹਮਣੇ? ਉੱਚੀ ਬੋਲੋ ਉਫ। ਇੱਥੇ ਪਿਓ ਦੇ ਲੋਕ ਗਾਲਾਂ ਕੱਢਦੇ ਨੇ, ਮੈਂ ਕਿਬਲਾ ਤੁਹਾਨੂੰ ਵਿਖਾਉਣਾ, ਇੱਥੇ ਕਾਲਾ ਘੁੰਮਣਾ ਵਿੱਚ ਵਿਖਾਉਣਾ ਬੰਦੇ, ਇੱਥੇ ਮਾਂ ਨੂੰ ਲੋਕ ਗਾਲਾਂ ਕੱਢਦੇ ਨੇ, ਆਉਂਦੇ ਨੇ ਬੁੱਢੀ ਮੇਰੀ ਚੰਗੀ, ਅੰਮਾ ਨਹੀਂ ਚੰਗੀ, ਅੱਬਾ ਮੇਰਾ ਨਹੀਂ ਚੰਗਾ, ਬੁੱਢੀ ਤਾਂ ਮੇਰੀ ਚੰਗੀ ਹੈ। ਮੈਂ ਕਿਹਾ ਚੱਲਿਆ, ਮੈਂ ਮਿੰਬਰੇ ਰਸੂਲ 'ਤੇ ਬੈਠਾ, ਮਸਜਿਦ 'ਚ ਬੈਠਾ ਸਾਰੀ ਜ਼ਿੰਦਗੀ, ਇਹ ਮੇਰੀ ਗੱਲ ਲਿਖ ਲਈ ਪੱਕੀ, ਜੇ ਝੂਠੀ ਹੋਈ ਤਾਂ ਮੈਨੂੰ ਫੋਨ ਕਰ ਲਈ, ਸਾਰੀ ਜ਼ਿੰਦਗੀ ਤੂੰ ਮਾਂ ਪਿਓ ਨੂੰ ਝੂਠਾ ਕਰਕੇ ਬੁੱਢੀ ਨੂੰ ਸੱਚਾ ਕਰਦਾ ਰਹਿ,
ਜੇ ਤੇਰੀ ਬੁੱਢੀ ਤੇਰੇ 'ਤੇ ਰਾਜ਼ੀ ਹੋ ਗਈ ਤਾਂ ਮੈਂ ਜ਼ਿੰਦਗੀ 'ਚ ਤਕਰੀਰ ਕਰਨਾ ਛੱਡ ਦਿਆਂਗਾ। ਮੈਨੂੰ ਵਹਾ ਦੇ ਸਹੀ ਕੋ ਬੁੱਢੀ, ਤੂੰ ਇੱਕ ਈਤ ਕੱਪੜੇ ਨਾ ਲੈ ਕੇ, ਉਹਨੂੰ ਕਹਿ ਮੈਨੂੰ ਤਨਖਾਹ ਨਹੀਂ ਮਿਲੀ, ਉਹਨੂੰ ਕਹਿ ਮੈਨੂੰ ਪੈਸੇ ਨਹੀਂ ਮਿਲੇ, ਅਤੇ ਮੈਂ ਵੇਹਣਾ ਤੇਰੀ ਬੁੱਢੀ, ਤੈਨੂੰ ਆਖੇਗੀ ਠੀਕ ਹੈ ਜੀ ਕੋਈ ਗੱਲ ਨਹੀਂ, ਉਹ ਆਖੇਗੀ ਮੈਂ ਤੇਰੇ ਘਰ ਵੇਖਿਆ ਕੀ ਹੈ, ਮੈਂ ਜਦੋਂ ਦੀ ਆਈ ਹਾਂ ਉਦੋਂ ਦੀ ਤੇਰੇ ਕੋਲ ਪੈਸੇ ਕੋਈ ਨਹੀਂ, ਮੈਂ ਜਦੋਂ ਦੀ ਆਈ ਹਾਂ ਚੱਲਿਆ, ਤੈਨੂੰ 5 ਸਾਲ ਹੋ ਚੱਲੇ ਨੇ ਪਿਓ ਨੂੰ ਸੂਟ ਲੈ ਕੇ ਦਿੱਤਿਆਂ, ਤੈਨੂੰ 10 ਸਾਲ ਹੋ ਚੱਲੇ ਨੇ ਅੱਬੇ ਨੂੰ ਜੁੱਤੀ ਲੈ ਕੇ ਦਿੱਤਿਆਂ, ਕਦੀ ਬਾਬਾ ਜੀ ਕਿਸੇ ਪਿਓ ਨੇ ਆਖਿਆ ਵੀ ਮੇਰੇ ਮੁੰਡੇ ਮੈਨੂੰ ਜੁੱਤੀ ਨਹੀਂ ਲੈ ਕੇ ਦਿੰਦੇ, ਇਹ ਤੁਸੀਂ ਬੈਠੇ ਹੋ ਬਾਪ ਨਾਲ ਬੈਠੇ ਰੋਂਦੇ ਪਏ, ਉਹ ਇੱਕ ਪਿਓ ਵਿਖਾ ਇੱਕ ਬਾਪ ਵਿਖਾ ਜਿਹਨੇ ਆਖਿਆ ਮੇਰੇ ਪੁੱਤਰ ਮੈਨੂੰ ਜੁੱਤੀ ਨਹੀਂ ਦਿੰਦੇ ਲੈ ਕੇ, ਮੇਰੇ ਪੁੱਤਰ ਮੈਨੂੰ ਕੱਪੜੇ ਨਹੀਂ ਲੈ ਕੇ ਦਿੰਦੇ। ਇਹ ਜਦੋਂ ਕਰਦੇ ਨੇ ਤਾਰੀਫਾਂ ਹੀ ਕਰਦੇ ਨੇ, ਮੌਸਮ ਤੁਰ ਗਿਆ, ਚੰਮਣ ਸੁੰਝਾ ਹੋ ਗਿਆ, ਤੇਰੇ ਘਰ ਲੱਖ ਖੁਸ਼ੀਆਂ ਆਉਣ ਉਹ ਬਹਾਰ ਨਹੀਂ ਹੋਣੀ। ਤੇਰੇ ਵੀਰ ਵੀ ਰੋਂਦੇ ਪਏ, ਰਿਸ਼ਤੇਦਾਰ ਵੀ ਰੋਂਦੇ ਪਏ, ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੈ, ਬਾਅਦ ਵਿੱਚ ਰੋਣ ਨਾਲ ਪਹਿਲੇ ਪਿਓ ਦੀ ਕਦਰ ਕਰ। ਤੇਰਾ ਬਾਪ ਦੁਨੀਆਂ ਤੋਂ ਜਾਵੇ ਤੈਨੂੰ ਸਲਾਮ ਕਰਕੇ ਜਾਏ, ਪੁੱਤਰਾ ਹੱਕ ਅਦਾ ਕਰ ਛੱਡਿਆ। ਲੈ ਬਾਬਾ ਗੱਲ ਮੁੱਕ ਗਈ, ਜੇ ਮੇਰੀ ਗੱਲ ਕਿਸੇ ਨੂੰ ਕੋਈ ਭੈੜੀ ਲੱਗੀ ਹੋਈ, ਕੋਈ ਗੁੱਸਾ ਲੱਗਾ ਹੋਇਆ ਤਾਂ ਮੈਂ ਮਾਜ਼ਰਤ ਕਰਨਾ ਜੀ, ਤੁਹਾਡੇ ਸਾਹਮਣੇ ਸਿੱਧੀਆਂ ਗੱਲਾਂ ਰੱਖੀਆਂ ਨੇ ਵੀ ਇਹ ਹਕੀਕਤ ਜੇ ਇਹ ਗੱਲ ਜੇ, ਪਿਓ ਦਾ ਅਦਬ ਕਰੋ, ਪਿਓ ਦੀ ਇੱਜ਼ਤ ਕਰੋ, ਜ਼ਿੰਦਗੀ ਰਹੀ ਤਾਂ ਫਿਰ ਗੱਲਾਂ ਕਰਾਂਗੇ। ਰੂਮੀਏ ਕਸ਼ਮੀਰ ਮੀਆਂ ਮੁਹੰਮਦ ਬਖਸ਼ ਨੇ ਕਲਮ ਉਠਾਈ, ਆਖਰੀ ਸ਼ੇਰ ਦੇ ਤਕਰੀਰ ਮੁਕੰਮਲ, ਕੁਰਾਨ ਵੀ ਕਹਿ ਰਿਹਾ ਵਾਲਦੈਨ ਦੀ ਖਿਦਮਤ ਕਰੋ, ਵਬਿਲ ਵਾਲਿਦੈਨ ਇਹਸਾਨਾ ਰੱਬਾ ਫਿਲੀ ਵਾਲੀ ਵਾਲਿਦਈਆ। ਤੇ ਰੋਮੀਏ ਕਸ਼ਮੀਰ ਮੀਆਂ ਸਾਹਿਬ ਆਉਂਦੇ ਨੇ, ਲੈ ਓ ਯਾਰ ਹਵਾ ਲੈ ਰੱਬ ਦੇ ਤੇ ਮੇਲੇ ਜੇ ਚਾਰੇ ਬਿਨਾਂ ਦੇ ਦਿਨ ਰੱਖੀ ਹੋ ਸੀ ਹੇ ਜਿਸ ਦਿਨ ਫੇਰ ਮਿਲਾਂਗੇ। ਅੱਲਾ ਪਾਕ ਮੇਰਾ ਪੜ੍ਹਨਾ ਤੁਹਾਡਾ ਸੁਣਨਾ ਆਪਣੀ ਪਾਕ ਬਾਰ